are watching Channel Y. Channel Y, a South Asian Canadian channel. ਕੀ ਸੁਖਪਾਲ ਸਿੰਘ ਖੈਰਾ ਦੁਆਰਾ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਣਗੇ ਨੇ ਵਿੱਚ ਸ਼ਾਮਿਲ ਹੋਣਾ ਮੇਰੇ ਲਈ ਇੰਪੋਸੀਬਲ ਹੈ ਇਹਦਾ ਕਾਰਨ ਕੀ ਹੈ ਉਹਦਾ ਕਾਰਨ ਇੱਕ ਤਾਂ ਹੈ ਕਿ ਅਰਵਿੰਦ ਕੇਜਰੀਵਾਲ ਵਰਗਾ ਜਿਹੜਾ ਤਾਨਾਸ਼ਾਹ ਲੀਡਰ ਹੈ ਜੀ ਉਹ ਕਿਸੇ ਨੂੰ ਟੋਲਰੇਟ ਨਹੀਂ ਕਰਦਾ ਵਾਲੇ ਕੇਜਰੀਵਾਲ ਨੂੰ ਤਾਂ ਮੈਂ ਤਾਂ ਡੀਲ ਕੀਤਾ ਨਾ ਪਰਸਨਲੀ ਉਹ ਬਿਲਕੁਲ ਡਿਕਟੇਟਰ ਦੀ ਤਰ੍ਹਾਂ ਗੱਲ ਕਰਦਾ ਹੀ ਡਸਨਟ ਟੋਲਰੇਟ ਐਨੀ ਡਾਈਵਰਜੈਂਟ ਵਿਊ ਆਈਡੀਲੀ ਤਾਂ ਇਹ ਅਗਰ ਕਿਤੇ ਆਮ ਆਦਮੀ ਪਾਰਟੀ ਸਾਡੇ ਨਾਲ ਪੰਜਾਬ ਵਾਲੇ ਇੱਥੇ ਆ ਜਾਣ ਤਾਂ ਉਹਦਾ ਕੋਈ ਮੁਕਾਬਲਾ ਨਹੀਂ ਗਾ ਪਰ ਜੇ ਉਹ ਦਿੱਲੀ ਨੂੰ ਨਹੀਂ ਛੱਡ ਸਕਦੇ ਫਿਰ ਉਹਨਾਂ ਨਾਲ ਕਿਸੇ ਤਰੀਕੇ ਨਾਲ ਗੱਠਜੋੜ ਦੀ ਗੱਲ ਕੀਤੀ ਜਾ ਸਕਦੀ ਜੇ ਇਹਨਾਂ ਵਿੱਚ ਹਿੰਮਤ ਹੈ ਨਾ ਇਹ ਕਹਿ ਕੇ ਇਹ ਦਿਖਾਉਣ ਕਿ ਜਿਹੜਾ ਡੇਰਾ ਸੱਚਾ ਸੌਦਾ ਦੇ ਸਾਧ ਨੂੰ ਅਕਾਲ ਤਖ਼ਤ ਸਾਹਿਬ ਤੋਂ ਮਾਫ਼ੀਨਾਮਾ ਦਵਾਇਆ ਗਿਆ ਉਹਨਾਂ ਦਾ ਕੱਖ ਨਾ ਰਵੇ ਕੀ ਸੁਖਬੀਰ ਸਿੰਘ ਬਾਦਲ ਅਕਾਲ ਤਖ਼ਤ 'ਤੇ ਜਾ ਕੇ ਗੱਲ ਕਹੂਗਾ ਜਾਂ ਹਰਸਿਮਰਤ ਕਹੂਗੀ ਨਹੀਂ ਲੱਗਦਾ ਕਿਤੇ ਨਾ ਕਿਤੇ ਤੁਸੀਂ ਇੰਨੀਆਂ ਪਾਰਟੀਆਂ ਛੱਡ ਕੇ ਆਏ ਹੋ ਤੇ ਇਹਦਾ ਅਸਰ ਤੁਹਾਨੂੰ ਇਹਨਾਂ ਚੋਣਾਂ ਦੇ ਵਿੱਚ ਭੁਗਤਣਾ ਪਿਆ ਤੋ ਮੈਂ ਕੋਈ ਖੁਸ਼ੀ ਨਾਲ ਪਾਰਟੀਆਂ ਨਹੀਂ ਬਦਲੀਆਂ ਨੰਬਰ 1 ਜੇ ਤੁਸੀਂ ਕਹਿੰਦੇ ਹੋ ਕਿ ਪਾਰਟੀਆਂ ਨਹੀਂ ਬਦਲਦੇ ਤਾਂ ਭਗਵੰਤ ਮਾਨ ਨੇ ਕਿੰਨੀਆਂ ਬਦਲੀਆਂ ਨੇ ਪਹਿਲਾਂ ਲੋਕ ਭਲਾਈ ਪਾਰਟੀ ਫਿਰ PPP ਤੇ ਹੁਣ ਆਮ ਆਦਮੀ ਪਾਰਟੀ ਤਿੰਨ ਥਾਂ ਆ ਗਏ ਪਰ ਇਹ ਜੇ ਕੀ ਕਾਰਨ ਰਹੇ ਵੀ ਤੁਹਾਨੂੰ ਬਠਿੰਡਾ ਸੀਟ ਤੋਂ ਵੱਡੇ ਬਹੁਮਤ ਮਿਲਣ ਦੀ ਥਾਂ ਤੇ ਤੁਹਾਡੀ ਜ਼ਮਾਨਤ ਹੀ ਜ਼ਬਤ ਹੋ ਗਈ ਸੋ ਮੈਨੂੰ ਮੈਂ ਜਾਣਦਿਆਂ ਹੋਇਆ ਗਿਆ ਸੀਗਾ ਮੈਨੂੰ ਪਤਾ ਸੀਗਾ ਕਿ ਬਹੁਤ ਔਖੀ ਸੀ ਪਰ ਇਹ ਨਹੀਂ ਸੀ ਮੈਨੂੰ ਇਲਮ ਕਿ ਇਹ ਇਸ ਤਰ੍ਹਾਂ ਦੇ ਨਾਲ ਸਾਰੇ ਸਿਸਟਮ ਨੂੰ ਮੈਨੂਪਲੇਟ ਕਰਦੇ ਜਿਹੜੀ ਮੋਦੀ ਸਾਹਿਬ ਅਤੇ BJP ਨੇ ਇਹਨੂੰ ਇੱਕ ਧਰਮ ਦੇ ਨਾਲ ਜੋੜ ਦਿੱਤਾ ਕੇਵਲ ਇਹ ਇੱਕ ਦੇਸ਼ ਦੀ ਨੈਸ਼ਨਲਿਜ਼ਮ ਦੀ ਅਤੇ ਧਰਮ ਦੇ ਨਾਲ ਜੋੜ ਕੇ ਐਸੀ ਇਲੈਕਸ਼ਨ ਬਣਾਈ ਕਿ ਉਹਦੇ 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 ਜਿਹੜੇ ਇਫੈਕਟ ਸੀ ਉਹ ਸਾਰੇ ਦੇਸ਼ 'ਚ ਵੀ ਪਏ ਉਹਦੇ ਪੰਜਾਬ ਦੇ ਵਿੱਚ ਵੀ ਪਏ ਹਾਂ ਚਰਚਾ ਬਹੁਤ ਵੱਡੇ ਪੱਧਰ 'ਤੇ ਕਿ EVMs ਕੁਛ ਵੀ EVMs ਜਿਹੜੀਆਂ ਹੈ ਔਰ ਇੰਡੀਆ ਵਰਗੀ ਡੈਮੋਕ੍ਰੇਸੀ ਜਿੱਥੇ ਅੱਗੇ ਲੁੱਟ ਖਸੁੱਟ ਪੈਸਾ ਤੇਲਾ ਸ਼ਰਾਬ ਚੱਲਦੀ ਆ ਐਵਰੀਥਿੰਗ ਇਜ਼ ਪੋਸੀਬਲ Channel Y, Channel Y, a South Asian Canadian channel. ਚੈਨਲ ਵਾਈ ਦੇਖ ਰਹੇ ਸਭ ਦਰਸ਼ਕਾਂ ਦਾ ਸਵਾਗਤ ਹੈ ਅਤੇ ਮੈਂ ਹਾਂ ਨਵਦੀਪ ਕੌਰ ਦੋਸਤੋ ਲੋਕ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਲੋਕ ਸਭਾ ਚੋਣਾਂ ਦੇ ਵਿੱਚ ਬਠਿੰਡਾ ਸੀਟ ਜਿਹੜੀ ਸੀ ਬਹੁਤ ਹੀ ਹੋਟ ਮੰਨੀ ਜਾਂਦੀ ਸੀ ਅਤੇ ਇੱਥੇ ਮੁਕਾਬਲਾ ਵੀ ਕਾਫੀ ਜ਼ਬਰਦਸਤ ਸੀ ਅਕਾਲੀ ਦਲ ਤੋਂ ਹਰਸਿਮਰਤ ਕੌਰ ਬਾਦਲ ਕਾਂਗਰਸ ਤੋਂ ਰਮਰਿੰਦਰ ਸਿੰਘ ਰਾਜਾਵੜਿੰਗ ਪੰਜਾਬ ਏਕਤਾ ਪਾਰਟੀ ਯਾਨੀ ਕਿ PDA ਤੋਂ ਸੁਖਪਾਲ ਸਿੰਘ ਖਹਿਰਾ ਉੱਥੇ ਹੀ ਆਮ ਆਦਮੀ ਪਾਰਟੀ ਤੋਂ ਬਲਜਿੰਦਰ ਕੌਰ ਕਿਆਸ ਲਗਾਏ ਜਾ ਰਹੇ ਸਨ ਕਿ ਸੁਖਪਾਲ ਸਿੰਘ ਖਹਿਰਾ ਵੱਡੇ ਬਹੁਮਤ ਦੇ ਨਾਲ ਇਸ ਸੀਟ ਤੋਂ ਜਿੱਤ ਹਾਸਲ ਕਰਨਗੇ ਅਤੇ ਵਿਦੇਸ਼ਾਂ ਦੇ ਵਿੱਚ ਵੀ ਚਰਚਾ ਇਹੀ ਸੀ ਕਿ ਸੁਖਪਾਲ ਸਿੰਘ ਖਹਿਰਾ ਵੱਡੇ ਬਹੁਮਤ ਦੇ ਨਾਲ ਜਿੱਤ ਹਾਸਲ ਕਰ ਸਕਦੇ ਨੇ ਪਰ ਅਫਸੋਸ ਦੀ ਗੱਲ ਸੁਖਪਾਲ ਸਿੰਘ ਖਹਿਰਾ ਇਸ ਸੀਟ 'ਤੇ ਜਿੱਤ ਹਾਸਲ ਨਹੀਂ ਕਰ ਸਕੇ ਅੱਜ ਸਾਡੇ ਚੈਨਲ ਵਾਈ 'ਤੇ ਸੁਖਪਾਲ ਸਿੰਘ ਖਹਿਰਾ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਆਖਿਰ ਕੀ ਕਾਰਨ ਰਹੇ ਵੀ ਉਹਨਾਂ ਨੂੰ ਬਠਿੰਡਾ ਸੀਟ ਤੋਂ ਬਹੁਮਤ ਕਿਉਂ ਨਹੀਂ ਮਿਲਿਆ ਸਭ ਤੋਂ ਪਹਿਲਾਂ ਸਰ ਤੁਹਾਡਾ ਸਵਾਗਤ ਹੈ ਬਹੁਤ ਸ਼ੁਕਰੀਆ ਸਭ ਨੂੰ ਫਤਿਹ ਅਰਜ਼ ਹੈ ਜੀ ਹਾਂਜੀ ਸੁਖਪਾਲ ਸਿੰਘ ਖਹਿਰਾ ਜੀ ਬਹੁਤ ਕਾਫੀ ਕਿਆਸ ਲਗਾਏ ਜਾ ਰਹੇ ਸਨ ਤੁਹਾਡਾ ਜਿਹੜਾ ਪ੍ਰਚਾਰ ਸੀ ਬਹੁਤ ਹੀ ਵਧੀਆ ਚੱਲ ਰਿਹਾ ਸੀ ਤੁਸੀਂ ਜ਼ਮੀਨੀ ਪੱਧਰ 'ਤੇ ਜਾ ਕੇ ਪ੍ਰਚਾਰ ਕੀਤਾ ਪਰ ਇਹ ਅਜੇ ਕੀ ਕਾਰਨ ਰਹੇ ਵੀ ਤੁਹਾਨੂੰ ਬਠਿੰਡਾ ਸੀਟ ਤੋਂ ਵੱਡੇ ਬਹੁਮਤ ਮਿਲਣ ਦੀ ਥਾਂ 'ਤੇ ਤੁਹਾਡੀ ਜ਼ਮਾਨਤ ਹੀ ਜ਼ਬਤ ਹੋ ਗਈ ਦੇਖੋ ਗੱਲ ਇਹ ਆ ਕਿ ਜਿਹੜਾ ਬਠਿੰਡਾ ਦੀ ਲੋਕ ਸਭਾ ਸੀਟ ਸੀ ਪਹਿਲਾਂ ਤਾਂ ਮੈਂ ਉਸ ਨੂੰ ਲੜਨ ਕਿਉਂ ਗਿਆ ਸਮਝਣਾ ਚਾਹੀਦਾ ਜੀ ਮੈਨੂੰ ਪਤਾ ਸੀਗਾ ਕਿ ਬਹੁਤ ਟਫ ਸੀਟ ਆ ਮੈਂ ਇਹਨੂੰ ਇਸ ਲਈ ਲੜਨ ਗਿਆ ਸੀਗਾ ਕਿਉਂਕਿ ਜਿਹੜੀ ਬਾਦਲ ਦਾ ਪਰਿਵਾਰ ਹੈ ਇਹ 5 ਵਾਰ ਚੀਫ ਮਿਨਿਸਟਰ ਰਹੇ ਨੇ ਪੰਜਾਬ ਦੇ ਇਹ ਰਿਸਪੋਂਸੀਬਲ ਨੇ ਜਿਹੜਾ ਪੰਜਾਬ ਇਸ ਬਰਬਾਦੀ ਦੇ ਕਿਨਾਰੇ ਦੇ ਉੱਤੇ ਖੜਾ ਬਲਕਿ ਬਰਬਾਦ ਹੋ ਚੁੱਕਾ ਵਾ ਚਾਹੇ ਉਹ ਕਿਸਾਨਾਂ ਦੀ ਆਤਮ ਹੱਤਿਆ ਵਾ ਚਾਹੇ ਉਹ ਡਰੱਗਸ ਆ ਚਾਹੇ ਉਹ ਬੇਰੁਜ਼ਗਾਰੀ ਆ ਚਾਹੇ ਉਹ ਕੈਂਸਰ ਆ ਮਾਲਵਾ ਰੀਜਨ ਦੇ ਵਿੱਚ ਸੋ ਮੈਨੂੰ ਮੈਂ ਜਾਣਦਿਆਂ ਹੋਇਆ ਗਿਆ ਸੀਗਾ ਮੈਨੂੰ ਪਤਾ ਸੀਗਾ ਕਿ ਬਹੁਤ ਔਖੀ ਸੀ ਪਰ ਇਹ ਨਹੀਂ ਸੀ ਮੈਨੂੰ ਇਲਮ ਕਿ ਇਹ ਇਸ ਤਰ੍ਹਾਂ ਦੇ ਨਾਲ ਸਾਰੇ ਸਿਸਟਮ ਨੂੰ ਮੈਨੂਪਲੇਟ ਕਰਦੇ ਜਿਹੜੀਆਂ ਕਾਂਗਰਸ ਅਤੇ ਅਕਾਲੀ ਦਲ ਹੈ ਨਾ ਇਹ 8-8 9-9 ਸਰਕਾਰਾਂ ਬਣਾ ਚੁੱਕੇ ਨੇ ਪੰਜਾਬ ਦੇ ਵਿੱਚ
ਇਹ ਬਹੁਤ ਤਾਕਤਵਰ ਪੋਲੀਟੀਕਲ ਪਾਰਟੀਆਂ ਨੇ, ਇਹਨਾਂ ਕੋਲ ਸਾਧਨਾਂ ਦੀ, ਪੈਸੇ ਦੀ, ਹਰ ਗੱਲ ਦੀ ਬਹੁਤ। ਔਰ ਜਿਹੜੇ ਇਹਨਾਂ ਦੇ ਚੌਧਰੀ ਨੇ, ਕਿਉਂਕਿ ਉਹਨਾਂ ਨੇ ਬਹੁਤ ਸਰਕਾਰਾਂ ਵਿੱਚ ਰੋਲ ਅਦਾ ਕੀਤਾ, ਇਹਨਾਂ ਦੇ ਚੌਧਰੀ, ਸਰਪੰਚ, ਨੰਬਰਦਾਰ ਵਗੈਰਾ ਦੋਨਾਂ ਪਾਰਟੀਆਂ ਦੇ, ਪਿੰਡਾਂ ਦੇ ਲੋਕ ਇਹਨਾਂ ਤੋਂ ਬਹੁਤ ਡਰਦੇ ਨੇ। ਹਾਲਾਂਕਿ ਮੈਂ ਆਪਣਾ ਬਿਲਕੁਲ ਕੈਂਪੇਨ ਇਸ਼ੂ ਬੇਸਡ ਰੱਖਿਆ। ਮੈਂ 600 ਪਿੰਡ ਆ ਲੋਕ ਸਭਾ ਬਠਿੰਡਾ ਦੇ ਵਿੱਚ, ਮੈਂ 450 ਪਿੰਡ ਤੱਕ ਆਪ ਪਰਸਨਲੀ ਕੈਂਪੇਨ ਕੀਤਾ। ਔਰ ਉੱਥੇ ਜਿਹੜੇ ਇਸ਼ੂ ਸੀ ਉਹਨਾਂ ਦੇ, ਚਾਹੇ ਉਹ ਸਕੂਲ ਸੀ ਜਿਹੜੇ ਢੱਠੇ ਹੋਏ ਆ, ਚਾਹੇ ਉਹ ਡਿਸਪੈਂਸਰੀਆਂ ਹੈ ਨੀਗੀਆਂ, ਚਾਹੇ ਉਹ ਇਲਾਜ ਦੀ ਕੋਈ ਪ੍ਰਣਾਲੀ ਬਿਲਕੁਲ ਸਿਫਰ ਹੋ ਚੁੱਕੀ ਆ, ਜ਼ਹਿਰੀਲਾ ਪਾਣੀ ਆ, ਕੈਂਸਰ ਬਹੁਤ ਫੈਲ ਰਿਹਾ, ਇਹ ਸਾਰੇ ਮਸਲੇ ਲੋਕਾਂ ਦੀ ਕਚਹਿਰੀ ਵਿੱਚ ਜਾ ਕੇ ਰੱਖੇ। ਔਰ ਲੋਕਾਂ ਨੇ ਮੈਨੂੰ ਆਪ, ਜਿੱਦਾਂ ਤੁਸੀਂ ਰਿਪੋਰਟਰ ਬਣੇ, ਮੈਂ ਇੱਦਾਂ ਰਿਪੋਰਟਰ ਬਣ ਕੇ ਵੀ ਲੋਕਾਂ ਦੇ ਸਾਰੇ ਵਿਚਾਰ ਚਰਚਾ ਲੈ ਕੇ ਸਾਰੀ ਦੁਨੀਆ ਨੂੰ ਹਾਈਲਾਈਟ ਕੀਤੇ। ਬਟ ਅਨਫੋਰਚੁਨੇਟਲੀ ਕਿਤੇ ਨਾ ਕਿਤੇ ਇਸ਼ੂ ਬੇਸਡ ਕੈਂਪੇਨ ਦੀ ਜਗ੍ਹਾ ਇਸ ਇਲੈਕਸ਼ਨ ਵਿੱਚ ਨਹੀਂ ਸੀ। ਇੱਕ ਤਾਂ ਦੇਸ਼ ਦੇ ਵਿੱਚ ਜਿੱਦਾਂ ਮੋਦੀ ਦੀ ਲਹਿਰ ਵਗ ਰਹੀ ਸੀ, ਕਿਸੇ ਨੂੰ ਪਤਾ ਹੀ ਨਹੀਂ ਸੀਗਾ ਕਿ ਮੋਦੀ ਸਾਹਿਬ ਦੀ ਐਡੀ ਵੱਡੀ ਲਹਿਰ ਵਗ ਰਹੀ ਆ। ਉਹਦੇ 'ਚ ਉਹਨੇ ਹੁੱਡਾ ਵਰਗੇ ਚੀਫ ਮਿਨਿਸਟਰ ਰਹੇ ਹਰਿਆਣੇ ਦੇ, 1.5 ਲੱਖ 'ਤੇ ਹਾਰ ਗਏ। ਇੱਥੋਂ ਤੱਕ ਕਿ ਰਾਹੁਲ ਗਾਂਧੀ ਆਪ ਹਾਰ ਗਿਆ ਅਮੇਠੀ ਤੋਂ, ਰਾਜਸਥਾਨ ਦੇ ਚੀਫ ਮਿਨਿਸਟਰ ਦਾ ਪਰਿਵਾਰ ਹੀ ਹਾਰ ਗਿਆ ਉੱਥੋਂ ਸਰ। ਸੋ ਦਿਸ ਵਾਜ਼ ਅ ਵੈਰੀ ਡਿਫਰੈਂਟ ਇਲੈਕਸ਼ਨ। ਮੋਦੀ ਸਾਹਿਬ ਅਤੇ ਬੀਜੇਪੀ ਨੇ ਇਹਨੂੰ ਇੱਕ ਧਰਮ ਦੇ ਨਾਲ ਜੋੜ ਦਿੱਤਾ। ਜਿਹੜੀਆਂ ਉੱਤਰ ਪ੍ਰਦੇਸ਼ ਅਤੇ ਬਿਹਾਰ ਜਿਹੜੀਆਂ ਬਹੁਤ ਅਰਸੇ ਤੋਂ ਜ਼ਾਤ ਪਾਤ 'ਤੇ ਆਧਾਰ ਪਾਉਂਦੀਆਂ ਕਿ ਯਾਦਵ ਯਾਦਵ ਨੂੰ ਵੋਟ ਪਾਉਂਦੇ ਨੇ, ਖੁਰਮੀ ਖੁਰਮੀ ਨੂੰ ਵੋਟ ਪਾਉਂਦੇ ਨੇ, OBCs ਅਪਰ ਕਾਸਟ ਅਲੈਦਾ ਅਲੈਦਾ ਵੋਟ ਪਾਉਂਦੇ, ਇਹਨਾਂ ਨੇ ਐਤਕੀ ਸਾਰਾ ਕੁਝ ਢਹਿ-ਢੇਰੀ ਕਰਕੇ ਕੇਵਲ ਇਹ ਇੱਕ ਦੇਸ਼ ਦੀ ਨੈਸ਼ਨਲਿਜ਼ਮ ਦੀ ਅਤੇ ਧਰਮ ਦੇ ਨਾਲ ਜੋੜ ਕੇ ਐਸੀ ਇਲੈਕਸ਼ਨ ਬਣਾਈ ਕਿ ਉਹਦੇ 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 ਜਿਹੜੇ ਇਫੈਕਟ ਸੀ ਉਹ ਸਾਰੇ ਦੇਸ਼ 'ਚ ਵੀ ਪਏ, ਉਹਦੇ ਪੰਜਾਬ ਦੇ ਵਿੱਚ ਵੀ ਪਏ। ਖੈਰਾ ਸਾਹਿਬ, ਤੁਸੀਂ ਪ੍ਰਚਾਰ ਜਿਹੜਾ ਕਾਫੀ ਜ਼ਮੀਨੀ ਪੱਧਰ 'ਤੇ ਕੀਤਾ, ਚਾਹੇ ਉਹ ਬੀਕਾਨੇਰ ਨੂੰ ਜਾਂਦੀ ਕੈਂਸਰ ਦੀ ਟ੍ਰੇਨ ਹੋਵੇ, ਚਾਹੇ ਮੀਂਹ ਹੈ ਪਾਣੀ ਮੀਂਹ ਆਉਣ ਨਾਲ ਸੜਕਾਂ 'ਤੇ ਪਾਣੀ ਖੜਿਆ ਸੀ, ਤੁਸੀਂ ਆਪਣਾ ਪਜਾਮਾ ਚੱਕ ਕੇ ਪ੍ਰਚਾਰ ਕੀਤਾ ਵੀ ਬਠਿੰਡਾ ਦੇ ਵਿੱਚ ਬਿਲਕੁਲ ਵਿਕਾਸ ਨਹੀਂ ਹੋਇਆ। ਪਰ ਦੂਜੇ ਪਾਸੇ ਹਰਸਿਮਰਤ ਕੌਰ ਬਾਦਲ ਉਹ ਕਹਿ ਰਿਹਾ ਬਠਿੰਡਾ ਦਾ ਵਿਕਾਸ ਹੀ ਸਿਰਫ ਅਕਾਲੀ ਦਲ ਦੇ ਰਾਜ ਦੇ ਵਿੱਚ ਹੋਇਆ। ਪਰ ਤੁਹਾਨੂੰ ਲੋਕਾਂ ਵੱਲੋਂ ਕਿੱਦਾਂ ਦਾ ਰਿਸਪੋਂਸ ਮਿਲਦਾ ਸੀ ਜਦੋਂ ਤੁਸੀਂ ਉਹਨਾਂ ਦੇ ਨਾਲ ਜਾ ਕੇ ਉਹਨਾਂ ਦੀ ਸਮੱਸਿਆਵਾਂ ਸੁਣਦੇ ਸੀ? ਮੈਨੂੰ ਪਿੰਡਾਂ ਦੇ ਵਿੱਚ ਤਾਂ ਬਹੁਤ ਅੱਛਾ ਰਿਸਪੋਂਸ ਮਿਲਿਆ। ਦੇਖੋ, ਤਿੰਨ ਤੋਂ ਲੈ ਕੇ 4,000 ਦਾ ਪਿੰਡ ਹੁੰਦਾ ਮਾਲਵਾ ਰੀਜਨ ਦੇ ਵਿੱਚ। ਉਸ ਪਿੰਡ ਵਿੱਚ ਕਿਤੇ ਵੀ ਮੇਰੀ ਮੀਟਿੰਗ 400-500 ਬੰਦੇ ਤੋਂ ਘੱਟ ਨਹੀਂ ਸੀਗੀ। ਔਰ ਇਹਦੇ ਨਾਲ ਛੋਟੀਆਂ ਮੀਟਿੰਗਾਂ ਕਾਂਗਰਸ ਅਤੇ ਅਕਾਲੀ ਦਲ ਦੀਆਂ ਸੀ। ਹਰਸਿਮਰਤ ਕੌਰ ਨੂੰ ਤਾਂ ਕਈ ਜਗ੍ਹਾ ਪਿੰਡਾਂ 'ਚ ਵੜਨ ਨਹੀਂ ਦਿੱਤਾ, ਮੰਡੀ ਕਲਾਂ ਦੇ ਵਿੱਚ, ਹੋਰ ਬਹੁਤ ਸਾਰੇ ਪਿੰਡਾਂ ਦੇ ਵਿੱਚ ਇਹਦਾ ਮੁਖਾਲਫਤ ਹੋਈ। ਖੇਮੂਆਣਾ ਪਿੰਡ ਹੈ, ਉੱਥੇ ਮੁਖਾਲਫਤ ਹੋਈ। ਸੋ ਮੈਂ ਤਾਂ ਹੈਰਾਨ ਹਾਂ ਕਿ ਹੋਇਆ ਕਿ ਇਨਫੈਕਟ ਅੱਜ ਦੇਸ਼ ਵਿੱਚ EVMs ਨੂੰ ਲੈ ਕੇ ਵੀ ਬਹੁਤ ਵੱਡੀ ਚਰਚਾ, ਕਿਉਂਕਿ ਜਿਹੜੀ ਮੋਦੀ ਦੀ ਐਡੀ ਵੱਡੀ ਜਿੱਤ ਹੋਈ ਹੈ ਨਾ, ਇਹ ਅਗਰ ਇਸ ਤਰ੍ਹਾਂ ਦੀ ਵੋਟ ਪੈ ਰਹੀ ਸੀ ਕਿ ਹੰਸਰਾਜ ਹੰਸ ਵਰਗੇ 5-5 ਲੱਖ 'ਤੇ ਜਿੱਤ ਰਹੇ ਨੇ ਜਾਂ 4-4, 5-5 ਲੱਖ 'ਤੇ ਆਮ MPs ਜਿੱਤ ਰਹੇ ਨੇ, ਤਾਂ ਇਹ ਤਾਂ ਦੇਸ਼ ਵਿੱਚ ਇੱਕ ਵੱਡੇ ਲਹਿਰ ਦਾ ਸਬੂਤ ਮਿਲਣਾ ਚਾਹੀਦਾ ਸੀ ਇਲੈਕਸ਼ਨ ਤੋਂ ਪਹਿਲਾਂ ਹੀ। ਇਟ ਸ਼ੁੱਡ ਹੈਵ ਬੀਨ ਰਾਈਟਿੰਗ ਔਨ ਦਾ ਵਾਲ ਕਿ ਮੋਦੀ ਦੁਬਾਰਾ ਇਲੈਕਟ ਹੋ ਕੇ ਆ ਰਹੇ ਨੇ। ਇਹ ਤਾਂ ਇਹ ਜਿਹੜਾ ਰਿਜ਼ਲਟ ਹੈ, ਇਹ ਤਾਂ ਜੈਪ੍ਰਕਾਸ਼ ਨਾਰਾਇਣ ਦੀ ਜਿਹੜੀ JP ਦੀ ਲਹਿਰ ਸੀਗੀ ਐਮਰਜੈਂਸੀ ਤੋਂ ਬਾਅਦ, ਇਹ ਉਦੋਂ ਵੀ ਵੱਡਾ ਰਿਜ਼ਲਟ ਹੈ, ਪਰ ਸਾਨੂੰ ਕਿਤੇ ਨਜ਼ਰ ਹੀ ਨਹੀਂ ਸੀ ਆਉਂਦਾ ਸੀਗਾ। ਸੋ ਅੱਜ ਦੇਸ਼ ਦੇ ਵਿੱਚ ਸਾਰੀਆਂ ਪ੍ਰਮੁੱਖ ਪਾਰਟੀਆਂ ਨੇ EVMs 'ਤੇ ਸਵਾਲ ਖੜ੍ਹਾ ਕੀਤਾ ਦੈਟ ਵੀ ਸ਼ੁੱਡ ਰਿਵਰਟ ਬੈਕ ਟੂ ਬੈਲਟ। ਔਰ ਜਿਹੜੇ ਅੱਛੇ ਵਿਕਸਿਤ ਮੁਲਕ ਨੇ, ਚਾਹੇ ਉਹ ਜਪੈਨ ਆ, ਚਾਹੇ ਉਹ USA ਆ, ਚਾਹੇ ਉਹ ਕੈਨੇਡਾ, ਉਹ ਬਹੁਤ ਸਾਰੇ ਜਿਹੜੇ ਮੁਲਕ ਨੇ ਉਹ ਵਾਪਸ ਬੈਲਟ 'ਤੇ ਜਾ ਚੁੱਕੇ ਨੇ। ਸੋ ਜਿੱਦਾਂ ਦਾ ਨਤੀਜਾ ਹੈਰਾਨਜਨਕ ਆ, ਮਤਲਬ ਇਕੱਲਾ ਮੈਂ ਹੈਰਾਨ ਨਹੀਂ ਗਾ, ਬਹੁਤ ਸਾਰੇ ਲੋਕ ਹੈਰਾਨ ਨੇ, ਬਲਕਿ ਬਹੁਤ ਸਾਰੀਆਂ ਪਾਰਟੀਆਂ ਹੈਰਾਨ ਨੇ। ਐਂ ਲੱਗਦਾ ਵਾ ਕਿ EVMs ਦੇ ਉੱਤੇ ਵੀ ਟੈਂਪਰਿੰਗ ਹੋ ਸਕਦੀ, ਪਰ ਮੈਂ ਉਨੀ ਦੇਰ 'ਤੇ ਨਹੀਂ ਗੱਲ ਕਰ ਸਕਦਾ ਜਿੰਨੀ ਦੇਰ 'ਤੇ ਮੇਰੇ ਕੋਲ ਕੋਈ ਸਬੂਤ ਨਹੀਂ। ਹਾਲਾਂਕਿ ਸੋਸ਼ਲ ਮੀਡੀਆ 'ਤੇ ਅਨੇਕਾਂ ਸਬੂਤ ਆਏ, ਲੋਕ ਅੰਦਰ ਜਾ ਕੇ ਪੋਲਿੰਗ ਸਟੇਸ਼ਨ 'ਤੇ ਬਟਨ ਦਬਾ ਰਹੇ ਨੇ ਕਿਸੇ ਹੋਰ ਪਾਰਟੀ ਦਾ, ਉੱਤੇ ਵੋਟ ਜਾ ਰਹੀ ਫੁੱਲ ਨੂੰ। ਅਸੀਂ ਡਾਕਟਰ ਧਰਮਵੀਰ ਗਾਂਧੀ ਨਾਲ ਵੀ ਇੰਟਰਵਿਊ ਕੀਤੀ ਸੀ ਅਤੇ ਉਹਨਾਂ ਨੇ ਵੀ ਕਿਹਾ ਸੀ ਜਿਹੜੀ EVM ਮਸ਼ੀਨਸ ਨੇ ਪ੍ਰੀ ਹੈਕਿੰਗ ਹੋਈਆਂ ਨੇ, ਜਿਹਦੇ ਕਰਕੇ ਵੋਟ ਮੈਂ ਪਾਉਣ, ਲੋਕ ਮੈਨੂੰ ਪਾਉਂਦੇ ਸੀ ਪਰ ਵੋਟ ਜਾਂਦੀ ਸੀ ਪਰਨੀਤ ਕੌਰ ਨੂੰ। ਤੁਹਾਨੂੰ ਅਜੇ ਕੋਈ ਭਣਕ ਸੀ ਵੀ EVM ਦੇ ਵਿੱਚ ਘਪਲੇਬਾਜ਼ੀ ਹੋ ਸਕਦੀ? ਇਹ ਤਾਂ ਕਾਫੀ ਦੇਰ ਤੋਂ ਸ਼ੋਰ ਮੱਚ ਰਿਹਾ ਨਾ, ਪਰ ਜਿੰਨੀ ਦੇਰ ਹੁਣ ਮੇਰੇ ਕੋਲ ਕੋਈ ਸਬੂਤ ਨਹੀਂ ਗਾ, ਮੈਂ ਉਹਨੂੰ ਪ੍ਰੂਵ ਨਹੀਂ ਕਰ ਸਕਦਾ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ 2007 ਹਾਰੇ ਸੀ, ਇਹਨਾਂ ਨੇ ਜਾ ਕੇ ਇਲੈਕਸ਼ਨ ਕਮਿਸ਼ਨ ਦੇ ਸਾਹਮਣੇ ਡੈਮੋਨਸਟ੍ਰੇਟ ਕੀਤਾ ਸੀਗਾ, ਬਕਾਇਦਾ ਡੈਮੋਨਸਟ੍ਰੇਸ਼ਨ ਦਿੱਤੀ ਸੀਗੀ ਔਰ ਉਹਨੂੰ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਸੀ। ਆਮ ਆਦਮੀ ਪਾਰਟੀ ਨੇ ਦਿੱਲੀ ਦੀ ਅਸੈਂਬਲੀ ਦੇ ਵਿੱਚ ਮਸ਼ੀਨ ਦੀ ਟੈਂਪਰਿੰਗ ਦਾ ਅਤੇ ਮਸ਼ੀਨ ਦੀ ਵੋਟਿੰਗ ਕਿੱਦਾਂ ਹੈਕ ਹੋ ਸਕਦੀ ਆ ਉਹਦੀ ਇੱਕ ਲਾਈਵ ਡਿਸਪਲੇ ਦਿੱਤੀ ਸੀਗੀ। ਔਰ ਬਹੁਤ ਸਾਰੀਆਂ ਪਾਰਟੀਜ਼ ਹੁਣ ਵੀ ਕਹਿ ਰਹੀਆਂ, ਪਰ ਸਾਡੇ ਕੋਲ ਕੋਈ ਇੱਦਾਂ ਦੇ ਪੁਖਤਾ ਸਬੂਤ ਨਹੀਂ ਗਏ। ਹਾਂ, ਚਰਚਾ ਬਹੁਤ ਵੱਡੇ ਪੱਧਰ 'ਤੇ ਕਿ EVMs ਕੁਛ ਵੀ EVMs ਜਿਹੜੀਆਂ ਹੈ, ਔਰ ਇੰਡੀਆ ਵਰਗੀ ਡੈਮੋਕ੍ਰੇਸੀ ਜਿੱਥੇ ਅੱਗੇ ਲੁੱਟ ਕਸੁੱਟ, ਪੈਸਾ, ਤੇਲਾ, ਸ਼ਰਾਬ ਚੱਲਦੀ ਆ, ਐਵਰੀਥਿੰਗ ਇਜ਼ ਪੋਸੀਬਲ। ਤੁਹਾਨੂੰ ਕੀ ਲੱਗਦਾ ਤੁਹਾਡੇ ਚੋਣ ਪ੍ਰਚਾਰ ਦੇ ਵਿੱਚ ਕਿੱਥੇ ਕਮੀ ਰਹਿ ਗਈ ਵੀ ਜਿੱਥੇ ਸੁਖਪਾਲ ਸਿੰਘ ਖਹਿਰਾ ਵੱਡੇ ਬਹੁਮਤ ਨਾਲ ਜਿੱਤ ਹਾਸਲ ਕਰਦੇ ਸੀ, ਮੈਂਬਰ ਆਫ ਪਾਰਲੀਮੈਂਟ ਬਣ ਸਕਦੇ ਸੀ, ਪਰੰਤੂ ਅਜਿਹਾ ਨਹੀਂ ਹੋਇਆ? ਨਹੀਂ, ਦੇਖੋ, ਚੋਣ ਪ੍ਰਚਾਰ ਮੈਂ ਇਹਦੇ ਨਾਲ ਜ਼ਿਆਦਾ ਹੁਣ ਕੀ ਕਰ ਸਕਦਾ ਸੀ? ਮੈਂ ਤਾਂ ਨਾ ਤਾਂ ਕਾਂਗਰਸ ਦਾ ਕੈਂਡੀਡੇਟ ਇੰਨੇ ਪਿੰਡਾਂ ਵਿੱਚ ਗਿਆ, ਨਾ ਅਕਾਲੀ ਦਲ ਦਾ ਕੈਂਡੀਡੇਟ ਇੰਨਾ ਪਿੰਡਾਂ ਵਿੱਚ ਗਿਆ। ਮੇਰੇ 'ਚ ਇੱਕ ਕਮੀ ਜ਼ਰੂਰ ਰਹੀ ਕਿ ਮੈਨੂੰ ਚੋਣ ਨਿਸ਼ਾਨ ਬਹੁਤ ਲੇਟ ਮਿਲਿਆ ਸੀ, ਬਿਕੋਜ਼ ਅਸੀਂ ਨਵੀਂ ਪਾਰਟੀ
ਉਹਨੂੰ ਲੋਕਾਂ ਤੱਕ ਪਹੁੰਚਾਉਣਾ ਕਾਫੀ ਵੱਡੀ ਮੁਸ਼ਕਲ ਆ ਸਕਦੀ ਸੀ ਕਿ ਜਿਹੜੀ ਇਹ ਆਮ ਆਦਮੀ ਪਾਰਟੀ ਨੂੰ ਵੋਟ ਪਈ ਆ ਬਹੁਤ ਸਾਰੇ ਲੋਕ ਕਹਿੰਦੇ ਕਿ ਤੁਹਾਡਾ ਚੋਣ ਨਿਸ਼ਾਨ ਸਮਝ ਕੇ ਉਹਨਾਂ ਨੇ ਕਿ ਆਮ ਆਦਮੀ ਪਾਰਟੀ ਨੇ ਕਨੈਕਟਡ ਸੀ ਨਾ ਬੜੇ ਦੇਰ ਤੋਂ ਅਤੇ ਉਹਨਾਂ ਨੇ ਤੁਹਾਨੂੰ ਸਮਝ ਕੇ ਵੋਟਾਂ ਪਾਤੀਆਂ ਬਟ ਐਨੀਵੇਜ਼ ਇਹਦੇ 'ਤੇ ਵੀ ਮੈਂ ਕੋਈ ਜ਼ਿਆਦਾ ਟਿੱਪਣੀ ਨਹੀਂ ਕਰਨਾ ਚਾਹੁੰਦਾ ਸੋ ਇਸ ਕਰਕੇ ਜੋ ਵੀ ਚੋਣ ਦਾ ਨਤੀਜਾ ਆ ਸਾਡੇ ਸਿਰ ਮੱਥੇ 'ਤੇ ਆ ਅਸੀਂ ਉਹਨੂੰ ਹੁਣ ਪਿੱਛੇ ਰੱਖ ਕੇ ਬਿਕੋਜ਼ ਐਂ ਤਾਂ ਫਿਰ ਕੋਈ ਕੰਮ ਹੀ ਨਾ ਕਰੇ ਜੇ ਚੋਣ ਹਾਰ ਗਏ ਚੋਣਾਂ ਤਾਂ ਹਾਰ ਜਿੱਤ ਬਣਦੀ ਆ ਜ਼ਿੰਦਗੀ ਚੱਲੀ ਆਉਂਦੀ ਇੰਦਰਾ ਗਾਂਧੀ ਵੀ ਚੋਣ ਹਾਰ ਗਈ ਸੀ ਰਾਜ ਨਾਰਾਇਣ ਤੋਂ ਹੁਣ ਉਹਨਾਂ ਦਾ ਪੁੱਤਾ ਰਾਹੁਲ ਗਾਂਧੀ ਵੀ ਹਾਰ ਗਿਆ ਵਾ ਸੋ ਕਾਂਗਰਸ ਇਹ ਥੋੜ੍ਹਾ ਹੈਗਾ ਕਿ ਉਹ ਆਪਣੇ ਘਰ ਬਹਿ ਜਾਣਗੇ ਅਸੀਂ ਹੁਣ ਇਸ ਚੋਣ ਨਤੀਜਿਆਂ ਤੋਂ ਪਰੇ ਹਟ ਕੇ ਦੁਬਾਰਾ ਪੰਜਾਬ ਲਈ ਜੱਦੋਜਹਿਦ ਕਰਾਂਗੇ ਇੱਕ ਮੇਰੀ ਕੋਸ਼ਿਸ਼ ਹੋਊਗੀ ਕਿ ਜਿਹੜੀਆਂ ਪਾਰਟੀਆਂ ਪੰਜਾਬ ਦੀਆਂ ਰੀਜਨਲ ਫੋਰਸਿਸ ਨੇ ਜਿੱਦਾਂ ਬੈਂਸ ਬ੍ਰਦਰਸ ਨੇ ਡਾਕਟਰ ਧਰਮਵੀਰ ਗਾਂਧੀ ਆ ਸਾਡੀ ਪੰਜਾਬ ਏਕਤਾ ਪਾਰਟੀ ਜਿਨ੍ਹਾਂ ਦਾ ਟੀਚਾ ਇੱਕ ਹੀ ਆ ਜਿਨ੍ਹਾਂ ਦਾ ਰਾਸਤਾ ਵੀ ਇੱਕ ਆ ਅਤੇ ਫਿਰ ਅਸੀਂ ਤਿੰਨ ਪਾਰਟੀਆਂ ਤਿੰਨ ਝੰਡੇ ਅਲੱਗ ਅਲੱਗ ਕਿਉਂ ਖੜ੍ਹੇ ਕੀਤੇ ਆ ਮੇਰੀ ਹੁਣ ਇਹ ਪੁਰਜ਼ੋਰ ਕੋਸ਼ਿਸ਼ ਹੋਊਗੀ ਕਿ ਇਹਨਾਂ ਤਿੰਨਾਂ ਨੂੰ ਇੱਕ ਪਲੇਟਫਾਰਮ 'ਤੇ ਲਿਆਇਆ ਜਾਵੇ ਇੱਕ ਨਿਸ਼ਾਨ ਇੱਕ ਵਿਧਾਨ ਇੱਕ ਪ੍ਰਧਾਨ ਲੋਕਾਂ 'ਚ ਕੌਨਫੀਡੈਂਸ ਫਿਰ ਤੁਸੀਂ ਪੈਦਾ ਕਰ ਸਕਦੇ ਹੋ ਕਿ ਹਾਂ ਯਾਰ ਆਹ ਪਾਰਟੀ ਜਿਹੜੀ ਆ ਇਹ ਇੱਕ ਥਾਂ ਦੇ ਉੱਤੇ ਸਾਰੇ ਲੀਡਰਸ ਇਕੱਠੇ ਨੇ ਜਦੋਂ ਅਸੀਂ ਤਿੰਨ ਪਲੇਟਫਾਰਮਸ ਇਕੱਠੇ ਹੁੰਦੇ ਹਾਂ ਅਲੱਗ ਅਲੱਗ ਚੋਣ ਨਿਸ਼ਾਨਾਂ 'ਤੇ ਲੜਦੇ ਜਾ ਕੇ ਲੋਕਾਂ ਦੇ ਵਿੱਚ ਕੌਨਫੀਡੈਂਸ ਨਹੀਂ ਮਿਲਦਾ ਸੋ ਪਹਿਲਾ ਕਦਮ ਮੇਰਾ ਇਹ ਹੋਊਗਾ ਕਿ ਅਸੀਂ ਹਮ ਖਿਆਲ ਪੰਜਾਬ ਦੀਆਂ ਤਿੰਨ ਇਹ ਪਾਰਟੀਜ਼ ਨੂੰ ਇੱਕ ਥਾਂ 'ਤੇ ਇਕੱਠੇ ਕਰੀਏ ਨੰਬਰ ਵਨ ਨੰਬਰ ਦੋ ਅਸੀਂ ਆਮ ਆਦਮੀ ਪਾਰਟੀ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕਿ ਤੁਸੀਂ ਵੀ ਅਲੱਗ ਲੜ ਕੇ ਦੇਖ ਲਿਆ ਸਿਰਫ ਭਗਵੰਤ ਮਾਨ ਸੰਗਰੂਰ ਦੀ ਸੀਟ ਜਿੱਤਿਆ ਉਹ ਵੀ ਪਰਸਨਲ ਕਪੈਸਿਟੀ ਜਿੱਤਿਆ ਆਮ ਆਦਮੀ ਪਾਰਟੀ ਦਾ ਉਹਦੇ 'ਚ ਕੋਈ ਰੋਲ ਨਹੀਂ ਗਾ ਆਮ ਆਦਮੀ ਪਾਰਟੀ ਦੀ 12 ਸੀਟਾਂ ਦੇ ਉੱਤੇ ਜਮਾਨਤਾਂ ਜ਼ਬਤ ਹੋਈਆਂ ਪੰਜਾਬ 'ਚ ਅਤੇ ਦਿੱਲੀ ਦੇ ਵਿੱਚ ਵੀ ਉਹਨਾਂ ਦੀਆਂ 7 ਸੀਟਾਂ 'ਤੇ ਖਰੇ 4 ਸੀਟਾਂ 'ਤੇ ਜਮਾਨਤਾਂ ਜ਼ਬਤ ਹੋਈਆਂ 3 ਸੀਟਾਂ ਦੇ ਨੰਬਰ 2  'ਤੇ ਆਏ ਨੇ ਸੋ ਅਗਰ ਆਮ ਆਦਮੀ ਪਾਰਟੀ ਵੀ ਲੜੂਗੀ ਤਾਂ ਉਹਨਾਂ ਦਾ ਵੀ ਆਉਣ ਵਾਲੇ ਸਮੇਂ 'ਚ ਕੁਛ ਨਹੀਂ ਅਸੀਂ ਕੋਸ਼ਿਸ਼ ਕਰਾਂਗੇ ਕਿ ਪਹਿਲਾਂ ਆਪਣੇ ਘਰ ਨੂੰ ਠੀਕ ਕਰੀਏ ਉਹ ਤੋਂ ਬਾਅਦ ਉਹਨਾਂ ਦੇ ਨਾਲ ਕੋਈ ਡਾਇਲੋਗ ਕਰਾਂਗੇ ਭਗਵੰਤ ਮਾਨ ਦਾ ਇੱਕ ਦਿਨ ਟੈਲੀਫੋਨ ਆਇਆ ਸੀ ਹਾਂਜੀ ਹਾਂਜੀ ਮੈਂ ਤੁਹਾਨੂੰ ਮੇਰਾ ਅਗਲਾ ਸਵਾਲ ਇਹੀ ਸੀ ਵੀ ਉਹ ਸੱਚਾਈ ਦੱਸਿਓ ਉਸ ਟੈਲੀਫੋਨ ਦੇ ਵਿੱਚ ਕੀ ਗੱਲਬਾਤ ਹੋਈ ਟੈਲੀਫੋਨ ਉਹਨਾਂ ਦਾ ਜਿਹੜਾ ਆਇਆ ਸੀਗਾ ਇਟ ਵਾਸ ਕੁਆਈਟ ਅਨਐਕਸਪੈਕਟਿਡ ਸੋ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਨੂੰ ਮੁਬਾਰਕਬਾਦ ਦਿੱਤੀ ਔਰ ਉਹਨਾਂ ਨੇ ਮੈਨੂੰ ਇਹ ਕਿਹਾ ਕਿ ਉਹਨਾਂ ਨੇ ਕਮਰ ਸੰਧੂ ਨੂੰ ਵੀ ਟੈਲੀਫੋਨ ਕੀਤਾ ਸੀ ਦੋ ਜਣਿਆਂ ਨੂੰ ਟੈਲੀਫੋਨ ਕੀਤਾ ਉਹ ਕਹਿਣ ਲੱਗੇ ਕਿ ਮੈਂ ਹੁਣ ਪਾਰਲੀਮੈਂਟ ਦੁਬਾਰਾ ਪਹੁੰਚਿਆ ਵਾਂ ਅਤੇ ਮੈਂ ਚਾਹੁੰਦਾ ਕਿ ਜਿਹੜੇ ਪੰਜਾਬ ਦੇ ਕੋਈ ਇਸ਼ੂਜ਼ ਨੇ ਉਹ ਤੁਸੀਂ ਸਾਨੂੰ ਜ਼ਰੂਰ ਸੁਜੈਸਟ ਕਰਿਆ ਕਰੋ ਮੈਂ ਕਿਹਾ ਮਾਨ ਸਾਹਿਬ ਤੁਸੀਂ ਕਾਫੀ ਆਪ ਵੀ ਤਜਰਬੇਕਾਰ ਹੈ ਹੁਣ ਪੰਜ ਸਾਲ 'ਚ ਹੀ ਰਹਿ ਚੁੱਕੇ ਹੋ ਤੁਸੀਂ ਮੈਂਬਰ ਪਾਰਲੀਮੈਂਟ ਸੋ ਇਹਦੇ 'ਚ ਕੋਈ ਹੁਣ ਸਾਡੇ ਕਹਿਣ ਦੱਸਣ ਵਾਲੀ ਗੱਲ ਨਹੀਂ ਕਹਿੰਦੇ ਨਹੀਂ ਪ੍ਰਾਈਵੇਟ ਮੈਂਬਰਸ ਬਿੱਲ ਜਿਹੜਾ ਉਹ ਮੈਨੂੰ ਉਹਦੇ ਬਾਰੇ ਘੱਟ ਪਤਾ ਵਾ ਮੈਂ ਕਿਹਾ ਜੀ ਲੋਕ ਸਭਾ ਦੇ ਵਿੱਚ ਪ੍ਰਾਈਵੇਟ ਮੈਂਬਰ ਬਿੱਲ ਕਿੱਦਾਂ ਇੰਟਰੋਡਿਊਸ ਕੀਤਾ ਜਾਂਦਾ ਮੈਨੂੰ ਵੀ ਨਹੀਂ ਪਤਾ ਮੈਂ ਤਾਂ ਤੁਹਾਨੂੰ ਅਸੈਂਬਲੀ ਦੀ ਵਰਕਿੰਗ ਦੱਸ ਸਕਦਾ ਇਸ ਲਈ ਇਹ ਟੈਲੀਫੋਨ ਸਿਰਫ ਇੱਥੇ ਤੱਕ ਸੀਮਿਤ ਸੀ ਉਹਨਾਂ ਨੇ ਉਦਣ ਯੂਨਿਟੀ ਦੀ ਕੋਈ ਗੱਲ ਨਹੀਂ ਕੀਤੀ ਪਰੰਤੂ ਮੀਡੀਆ ਦੇ ਵਿੱਚ ਤਾਂ ਗੱਲਬਾਤ ਇਹ ਹੋਈ ਹੈ ਵੀ ਭਗਵੰਤ ਮਾਨ ਨੇ ਸੁਖਪਾਲ ਸਿੰਘ ਖਹਿਰਾ ਨਾਲ ਦੋਸਤੀ ਦਾ ਹੱਥ ਵਧਾਇਆ ਨਹੀਂ ਉਹ ਜਿੱਦਣ ਉਹਨਾਂ ਨੇ ਸਾਨੂੰ ਟੈਲੀਫੋਨ ਕੀਤਾ ਉਦਣ ਸ਼ਾਮ ਨੂੰ ਉਹਨਾਂ ਦੀ ਜ਼ੀ ਟੈਲੀਵਿਜ਼ਨ ਦੇ ਉੱਤੇ ਕਾਫੀ ਲੰਬੀ ਚੌੜੀ ਇੰਟਰਵਿਊ ਸੀਗੀ ਮੈਂ ਵੀ ਉਸ ਟੈਲੀਫੋਨ ਵਿੱਚ ਸੁਣਿਆ ਕਿ ਮੈਂ ਟੈਲੀਫੋਨ ਕਰਕੇ ਕਮਰ ਸੰਧੂ ਸਾਹਿਬ ਨੂੰ ਅਤੇ ਖਹਿਰਾ ਸਾਹਿਬ ਨੂੰ ਨਾਲ ਆਪਣਾ ਗੱਲਬਾਤ ਕੀਤੀ ਆ ਉਹਨਾਂ ਨੇ ਉੱਥੇ ਪੇਸ਼ ਕੀਤਾ ਕਿ ਮੈਂ ਯੂਨਿਟੀ ਦੀ ਗੱਲ ਕੀਤੀ ਬਸ ਉਸ ਟੈਲੀਫੋਨ ਵਿੱਚ ਸਾਡੇ ਨਾਲ ਯੂਨਿਟੀ ਦੀ ਗੱਲ ਨਹੀਂ ਕੀਤੀ ਪਰ ਜੇ ਨਹੀਂ ਵੀ ਕੀਤੀ ਜੇ ਉਹਨਾਂ ਨੇ ਬਾਹਰ ਜਾ ਕੇ ਮੀਡੀਆ 'ਚ ਕਿਹਾ ਤਾਂ ਵੀ ਮੈਂ ਸਮਝਦਾ ਕਿ ਅਕਲਮੰਦੀ ਦਾ ਕੰਮ ਕੀਤਾ ਮਾੜੀ ਗੱਲ ਨਹੀਂ ਕੀਤੀ ਅਸੀਂ ਉਹਨਾਂ ਦੇ ਨਾਲ ਮੇਰੇ ਇੱਕ ਫੈਮਿਲੀ 'ਚ ਡੈਥ ਹੋਈ ਹੋਈ ਆ 4 ਤਰੀਕ ਨੂੰ ਭੋਗ ਆ ਮੇਰੇ ਬ੍ਰਦਰ ਇਨ ਲਾਅ ਦਾ ਉਸ ਭੋਗ ਤੋਂ ਮੈਂ ਫ੍ਰੀ ਹੋ ਕੇ ਮੈਂ ਆਪਣੀਆਂ ਇਹ 3 ਧਿਰਾਂ ਨਾਲ ਪਹਿਲਾਂ ਗੱਲ ਕਰੂੰਗਾ ਪਹਿਲਾਂ ਆਪਣੇ ਘਰ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਾਂਗੇ ਫਿਰ ਉਸ ਤੋਂ ਬਾਅਦ ਅਸੀਂ ਭਗਵੰਤ ਮਾਨ ਨਾਲ ਬੈਠ ਕੇ ਗੱਲ ਕਰਾਂਗੇ ਤੁਹਾਨੂੰ ਨਹੀਂ ਲੱਗਦਾ ਵੀ ਜੇਕਰ ਤੁਸੀਂ PDA ਦੇ ਵਿੱਚ ਕਿਸੇ ਇੱਕ ਸੀਟ 'ਤੇ ਪ੍ਰਚਾਰ ਕਰ ਲੈਂਦੇ ਚਾਹੇ ਉਹ ਫਿਰੋਜ਼ਪੁਰ ਸੋਰੀ ਲੁਧਿਆਣਾ ਹੋ ਗਈ ਜਾਂ ਬਠਿੰਡਾ ਹੋ ਗਈ ਜਾਂ ਜਿੱਥੇ ਪਰਮਜੀਤ ਕੌਰ ਖਾਲੜਾ ਜੀ ਉਹਨਾਂ ਦੇ ਹੱਕ 'ਚ ਪ੍ਰਚਾਰ ਕਰ ਲੈਂਦੇ ਕਿਤੇ ਨਾ ਕਿਤੇ PDA ਦੀਆਂ ਜੜ੍ਹਾਂ ਜਿਹੜੀਆਂ ਸੀਗੀਆਂ ਉਹ ਪੰਜਾਬ ਦੇ ਵਿੱਚ ਲੱਗ ਸਕਦੀਆਂ ਸੀ ਅਤੇ ਇਸ ਦਾ ਫਾਇਦਾ 2022 ਦੇ ਵਿੱਚ ਕਾਫੀ ਹੋ ਸਕਦਾ ਸੀ ਰਵਾਇਤੀ ਪਾਰਟੀਆਂ ਨੂੰ ਕਾਫੀ ਵੱਡੀ ਟੱਕਰ ਮਿਲ ਸਕਦੀ ਸੀ ਠੀਕ ਹੈ ਅੱਛੀ ਸਲਾਹ ਸੀ ਬਹੁਤ ਸਾਰੇ ਲੋਕਾਂ ਨੇ ਵੀ ਸਲਾਹ ਦਿੱਤੀ ਪਰ ਅਨਫੋਰਚੁਨੇਟਲੀ ਉਹ ਵਾਤਾਵਰਨ ਇਦਾਂ ਦਾ ਬਣ ਗਿਆ ਕਿ ਅਸੀਂ 13 ਦੀਆਂ 13 ਸੀਟਾਂ 'ਤੇ ਸਾਡੇ ਨਾਲ ਬਹੁਜਨ ਸਮਾਜ ਪਾਰਟੀ ਵੀ ਗੱਠਜੋੜ 'ਚ ਆ ਗਈ ਹੁਣ 3 ਸੀਟਾਂ ਉਹਨਾਂ ਨੇ ਲੜਨੀਆਂ ਸੀ ਸਾਡੇ ਨਾਲ ਕਮਿਊਨਿਸਟ ਪਾਰਟੀ ਆਫ ਇੰਡੀਆ ਆ ਗਈ 2 ਸੀਟਾਂ ਉਹਨਾਂ ਨੇ ਲੜਨੀਆਂ ਸੀ ਆਈ ਥਿੰਕ ਆਈਡੀਲੀ ਅਗਰ ਅਸੀਂ ਸਾਰੀ ਆਪਣੀ ਜਿਹੜੀ ਸ਼ਕਤੀ ਸੀਗੀ ਉਹ 3 ਕੁ ਸੀਟਾਂ ਤੱਕ ਸੀਮਿਤ ਰੱਖਦੇ 2 ਜਾਂ 3 ਸੀਟਾਂ ਤੱਕ ਇੱਕ ਤਾਂ ਡਾਕਟਰ ਗਾਂਧੀ ਸਾਹਿਬ ਨੇ ਲੜਨਾ ਹੀ ਲੜਨਾ ਸੀਗਾ ਇੱਕ ਬੀਬੀ ਪਰਮਜੀਤ ਕੌਰ ਖਾਲੜਾ ਬਹੁਤ ਅੱਛੇ ਉਮੀਦਵਾਰ ਸੀ ਇੱਕ ਹਿਊਮਨ ਰਾਈਟਸ ਦੇ ਚਿੰਨ੍ਹ ਸੀ ਅਗਰ ਅਸੀਂ ਉੱਥੇ ਜਾ ਕੇ ਫੋਕਸ ਕਰਦੇ ਤਾਂ ਆਈ ਥਿੰਕ ਦੈਟ ਵੁੱਡ ਹੈਵ ਬੀਨ ਅ ਬੈਟਰ ਅਲਟਰਨੇਟਿਵ ਪਰ ਹੁਣ ਬੀਤ ਗਿਆ ਤਾਂ ਬੀਤ ਗਿਆ ਹੁਣ ਉਹਦੇ 'ਤੇ ਪਛਤਾਉਣ ਦੀ ਲੋੜ ਨੀਗੀ ਅਸੀਂ ਅਗਲੀ ਰਣਨੀਤੀ ਵਾਸਤੇ ਆਪਣੀ ਪਲੈਨਿੰਗ ਕਰਾਂਗੇ ਜੇਕਰ ਭਗਵੰਤ ਮਾਨ ਤੁਹਾਡੇ ਨਾਲ ਦੋਸਤੀ ਦਾ ਅੱਗੇ ਹੱਥ ਵਧਾਉਂਦੇ ਆ ਕੀ ਸੁਖਪਾਲ ਸਿੰਘ ਖਹਿਰਾ ਦੁਆਰਾ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਣਗੇ ਨਹੀਂ ਵਿੱਚ ਸ਼ਾਮਿਲ ਹੋਣਾ ਮੇਰੇ ਲਈ ਇੰਪੋਸੀਬਲ ਹੈ ਇਹਦਾ ਕਾਰਨ ਕੀ ਹੈ ਉਹਦਾ ਕਾਰਨ ਇੱਕ ਤਾਂ ਹੈ ਕਿ ਅਰਵਿੰਦ ਕੇਜਰੀਵਾਲ ਵਰਗਾ ਜਿਹੜਾ ਤਾਨਾ
परंतु केजरीवाल साहब तो कह रहे हैं भी मैं मुद्दों की राजनीति करता, दिल्ली का विकास मैं किया, पर तू जिहड़े पंजाब दे आम आदमी पार्टी छड़ के बाकी सारे लीडर ने वह सारे सिर्फ एक दूजे के चिक्कड़ उछालन का काम करते हैं जिदे करके वह सत्ता के आए ने ज उन्होंने जित प्राप्त हुई। दिल्ली का विकास जो विकास की गल कर लिए फिर उतो भी हारे न बहुत बुरी तरह जमानत जब्त हुई ने नाले दिल्ली के विकास नाल पंजाब नू की लेना देना वा। असं उन्हों का एक एटीट्यूड देखना, देखो ना किस तरीके दे नाल हुण फुलका साहब भी छड़ गए, इन्होंने छोटेपुर भी कटता, घुग्गी भी कटता, अलका लांबा एक बड़ी फायर ब्रांड MLA सी दिल्ली की हुण वह भी छड़ गई है, इन्हों का स्टॉक बहुत थले जा रहा वा। और नाले केजरीवाल नू तो मैं तो डील किया ना पर्सनली, वो बिल्कुल डिक्टेटर की तरह गल करता, ही डजन टॉलरेट एनी यू नो डाइवर्जेंट व्यू। तुसीं उन्हां दे नाल कोई बहस में गल करोगे वो तुहाडी उत्थे उसे वेले ही तुहाडी गल नू दरकिनार कर देंदे ने। हाँ, असीं पंजाब दी आम आदमी पार्टी नाल गल जरूर करांगे, भगवंत मान दे नाल या जिहड़े साडे लोकल इत्थों दे हैगे आ कोलीग्स ने, असीं उन्हां नू समझाउण दी कोशिश करांगे कि अलग अलग लड़के नुकसान उठाया। असीं पंजाब डेमोक्रेटिक अलायंस ने 14,65,000 वोट लई है, तकरीबन 11.7% वोट आ, आम आदमी पार्टी नू तकरीबन मेरे ख्याल 10,00,000 वोट पई है, तो शायद यह वोट 7.7% शेयर बनता। सो 20 पैसे के करीब दोनों पार्टियां की वोट से, अगर असी 20 पैसे इकट्ठी करांगे तो वो साडा लोगों के बहुत वड्डे पद्धर से कॉन्फिडेंस वधेगा। आइडियली तो यह अगर कितने आम आदमी पार्टी साढ़े नाल पंजाब वाले इतने आ जाए तो वह कोई मुकाबला नहीं गा, पर जो वो दिल्ली नहीं छड़ सकते फिर उन्होंने किसी तरीके गठजोड़ की गल की जा सकती है। सो वी वुड ट्राई आवर बेस्ट, क्योंकि एक प्रॉब्लम आ कि पंजाब एक इस तरह के मुकाम पर खड़ा वा, जे असी अपने सूबे के हितों प्रोटेक्ट नहीं करांगे असी फेल हो जाएंगे एज अ स्टेट। साडा जिहड़ा दरियाई पानी आ वो राजस्थान ते हरियाणे ते दिल्ली नू जा चुका, कल्ले राजस्थान ने 16,00,000 करोड़ रुपया साडा पानी का देना, और पंजाब की विधानसभा 16 नवंबर 2016 नू कांग्रेस अकाली दल ने एक यूनैनिमस रेजोल्यूशन पास करके रखा होया कि अगली सरकार जिहड़ी आ वो पानियां दा बिल दूजे सूबिआं नू भेजेगी, पर कैप्टन अमरिंदर सिंह उहदे ते बिल्कुल चुप बह गए ने। क्यों? क्योंकि जिहड़ियां नैशनल पार्टीज़ ने, चाहे वह कांग्रेस है, चाहे वह BJP आ, चाहे वह केजरीवाल है, वो पंजाब के हितों की उदा राखी नहीं कर सकते जिदा बैंस कर सकता या गांधी कर सकता या असी इतों के बैठे लोकल लीडर्स कर सकते। सानू पंजाब का जिहड़ा दुख नज़र आता वो सोनिया गांधी, राहुल गांधी तो मोदी साहब नू केजरीवाल नू नहीं आएगा। उन्होंने हरियाणे भी राजनीति करनी है, उन्होंने दिल्ली भी राजनीति करनी है, उन्होंने राजस्थान भी राजनीति करनी है, और कल्ला पानी नहीं, साडी राजधानी के इशूज़ ने, साडा सिखां दा कतलेआम होया 35 साल हो गए किसी ने इंसाफ नहीं दिता, साढ़े दरबार साहब के हमले चों बहुत इंपोर्टेंट डॉक्यूमेंट्स दस्तावेज़ बेशकीमती साढ़े जिहड़े निशानियां सी वो सिख रेफरेंस लाइब्रेरी चों 1984 दियां फौज चुक के लै गई, अज तक किसी हरसिमरत कौर ने, किसी सुखबीर बादल ने, किसी कैप्टन ने वो वापस लियाउण दी गल नहीं कीती। भाषा का मुद्दा है, पंजाब का अपने वकार का मुद्दा वा, पंजाब का एक साढ़े गुरु ग्रंथ साहब की बेअदबी हुई, सब मजाक उड़ा रहे हैं, ये कोई सब राजनीति कर रहे हैं, ये कोई संजीदगी कोई एक्शन लैन तैयार नहीं। परंतु कैप्टन अमरिंदर सिंह ने कहा कि मैं चोण जाबता खत्म होने बाद कुंवर विजय प्रताप की तबादला करवावगा, SIT उन्होंने मैंबर बनावगा, उन्होंने किया अपना वादा? हाँ जी हाँ जी, उन्होंने लिया के तो इलैक्शन जितनिया से जित लिया बेअदबी के मसले को एक्सप्लॉयट करके पूरा उन्होंने चोण मुद्दा बना के 8 सीटा पार्लीमेंट जित ली। उस तो बाद हुण तुसीं उन्हां दे टेवर देखो, जिहड़ी SIT कुंवर विजय प्रताप सिंह की फरीदकोट की अदालत में चलान पेश करके इल्जाम ला रही है कि प्रकाश सिंह बादल, सुखबीर सिंह बादल ते सुमेध सैनी बेअदबियां लई जिम्मेवार आ, उस ही SIT के 4 मैंबरां ने बगावत कर दी कुंवर विजय प्रताप के खिलाफ। तुहाडा की ख्याल आ, पुलिस वाले चीफ मिनिस्टर की DGP की मर्जी तो बगैर बगावत कर सकते हैं? ये उन्हां दी मर्जी नाल हो रहा वा। कैप्टन अमरिंदर सिंह हुण चोणां जितण तो बाद, क्योंकि उन्होंने 2022 तो इलैक्शन लड़नी नहीं गई, उन्होंने पता वा कि मैं जो काम करना सी कर लिया, हुण उह अपने दोस्त जिहड़े ने बादल दा टब्बर उन्होंने बचाउणगे बेअदबी तों। अज जिहड़े 4 बंदिआं ने बगावत करके अखबारां विच शरेआम खबरां बयान लवाते ने, इहदी बहुत वड्डी डिफेंस दित्ती उन्होंने सुखबीर बादल नूं कि जा साडे बयान चुक, साडी चिट्ठी चुक, तो फरीदकोट की अदालत में जाके बाइज्जत बरी हो जूगा, क्लीन चिट मिलेगी बादलों नूं, और इस क्लीन चिट के जिम्मेवार कैप्टन अमरिंदर सिंह होणगे। अकाली दल कह रहे भी विरोधी पार्टियां ने सिर्फ मेरे पर साडे प्रति बेअदबियां दे मुद्दे ते कूड़ प्रचार किया, जबकि उन्होंने साफ चोण रैली के दौरान बयान दिता जिन्होंने बेअदबियां करवाइया उन्हां दा कख ना रहे, अजिहा करके उन्होंने वोट बैंक तो हासिल कर रही है, इस बारे तुसीं की कहना चाहोगे? बड़ा इशू, बहुत इंपोर्टेंट इशू टच किया। देखो गल ये कि पहला आपां एक पछोकड़ देखिए कि की बादल का परिवार कित्थों तक जिम्मेवार। सब तो पहला तो ये गल तुसीं मानते हो कि डेरा सच्चा सौदा दे नाल इन्हां ने बकायदा तौर पर उन्हां दी अदालत में पेश होकर ये वोटां लेंदे रहे ने। उस तो बाद जदों गुरु
ਗੋਬਿੰਦ ਸਿੰਘ ਜੀ ਦੀ ਪੋਸ਼ਾਕ ਪਹਿਨ ਕੇ ਡੇਰਾ ਸੱਚਾ ਸੌਦਾ ਦੇ ਸਾਧ ਨੇ ਬੇਅਦਬੀ ਕੀਤੀ ਸੀ 2007 ਵਿੱਚ, ਤਾਂ ਬਠਿੰਡਾ ਦੀ ਪੁਲਿਸ ਨੇ ਇਸ FIR ਨੂੰ ਅਦਾਲਤ ਵਿੱਚ ਪੇਸ਼ ਕੀਤਾ ਸੀਗਾ। 2012 ਜਦੋਂ ਸੁਖਬੀਰ ਸਿੰਘ ਬਾਦਲ ਡਿਪਟੀ ਚੀਫ ਮਿਨਿਸਟਰ ਕਮ ਹੋਮ ਮਿਨਿਸਟਰ ਪੰਜਾਬ ਦੇ, ਬਿਲਕੁਲ ਇਲੈਕਸ਼ਨ ਦੇ ਨੇੜੇ ਜਾ ਕੇ ਇਹਨਾਂ ਨੇ ਕੈਂਸਲੇਸ਼ਨ ਰਿਪੋਰਟ ਫਾਈਲ ਕਰਾਈ ਪੰਜਾਬ ਪੁਲਿਸ ਤੋਂ ਕਿ ਇਹ ਮਾਮਲੇ ਨੂੰ ਬੰਦ ਕੀਤਾ ਜਾਵੇ। ਇਹਦਾ ਮਤਲਬ ਸੀਗਾ ਕਿ ਸਾਡੀ ਡੇਰਾ ਸੱਚਾ ਸੌਦਾ ਨਾਲ ਸਮਝੌਤਾ ਹੋ ਗਿਆ ਵਾ, ਉਹ ਸਾਨੂੰ ਵੋਟਾਂ ਪਾਉਣਗੇ, ਇਹ ਕੇਸ ਵਾਪਸ ਲਿਆ ਜਾਵੇ। ਉਹ ਕੇਸ 2014 'ਚ ਡਿਸਟ੍ਰਿਕਟ ਸੈਸ਼ਨ ਜੱਜ ਬਠਿੰਡਾ ਨੇ ਡਿਸਮਿਸ ਕਰਤਾ ਕਿਉਂਕਿ ਪੰਜਾਬ ਪੁਲਿਸ ਨੇ ਚਲਾਨ ਹੀ ਨਹੀਂ ਪੇਸ਼ ਕੀਤਾ। ਪਹਿਲਾ ਜਿਹੜਾ ਮਿਲੀ ਭੁਗਤ ਦਾ ਵੱਡਾ ਸਬੂਤ ਸੁਖਬੀਰ ਬਾਦਲ ਦੇ ਖਿਲਾਫ ਇਹ ਆ। ਦੂਸਰਾ ਵੱਡਾ ਸਬੂਤ ਹੈ ਕਿ ਜਦੋਂ ਇਹਨੂੰ ਡੇਰਾ ਸੱਚਾ ਸੌਦੇ ਦੇ ਸਾਧ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਬੇਅਦਬੀ ਵਾਲੇ ਮਾਮਲੇ 'ਚ ਮਾਫੀਨਾਮਾ ਦਿੱਤਾ ਗਿਆ 24 ਸਪਟੈਂਬਰ 2015 ਨੂੰ। ਉਹ ਹੁਕਮਨਾਮਾ ਬਾਦਲ ਦੇ ਪਰਿਵਾਰ ਨੇ ਚੰਡੀਗੜ੍ਹ ਵਿੱਚ ਬੈਠ ਕੇ ਚੀਫ ਮਿਨਿਸਟਰ ਦੀ ਕੋਠੀ ਵਿੱਚ 16 ਸਪਟੈਂਬਰ 2015 ਨੂੰ ਸਾਰੇ ਜਥੇਦਾਰਾਂ ਨੂੰ ਉੱਥੇ ਸੱਦ ਕੇ ਉਹਨਾਂ ਨੂੰ ਚਿੱਠੀ ਦਿੱਤੀ ਕਿ ਆਹ ਚਿੱਠੀ ਤੁਸੀਂ ਰਿਲੀਜ਼ ਕਰਨੀ ਆ ਅਤੇ ਡੇਰਾ ਸੱਚਾ ਸੌਦਾ ਦੇ ਸਾਧ ਨੂੰ ਤੁਸੀਂ ਮਾਫ਼ ਕਰ ਦੇਣਾ ਵਾ। ਦੂਜੀ ਵੱਡੀ ਅਵੱਗਿਆ ਇਸ ਸੁਖਬੀਰ ਸਿੰਘ ਬਾਦਲ ਦੀ ਇਹ ਵਾ। ਔਰ ਤੀਜਾ ਕਿ 2017 ਵਿੱਚ ਸ਼ਰੇਆਮ ਸੁਖਬੀਰ ਸਿੰਘ ਬਾਦਲ ਨੇ ਕਿਹਾ ਵਾ ਐਲਾਨੀਆਂ ਡੇਰਾ ਸੱਚਾ ਸੌਦਾ ਦੀ ਸਪੋਰਟ ਲਈ ਹੈ। ਇਸ ਲਈ ਮੈਂ ਸੁਖਬੀਰ ਬਾਦਲ ਅਤੇ ਹਰਸਿਮਰਤ ਨੂੰ ਕਹਿਣਾ ਚਾਹੁੰਦਾ, ਮੈਂ ਉਹ ਡਰਾਮਾ ਤੋਂ ਉਹਨਾਂ ਦਾ ਸੁਣ ਲਿਆ ਸੀ ਕਿ ਜਿਨ੍ਹਾਂ ਨੇ ਬੇਅਦਬੀਆਂ ਕਰਾਈਆਂ ਉਹਨਾਂ ਦਾ ਕੱਖ ਵੀ ਨਾ ਰਵੇ ਅਤੇ ਜਿਨ੍ਹਾਂ ਨੇ ਇਹਦੇ 'ਤੇ ਸਿਆਸਤ ਕੀਤੀ ਉਹਨਾਂ ਦਾ ਵੀ ਕੱਖ ਨਾ ਰਵੇ। ਜੇ ਇਹਨਾਂ ਵਿੱਚ ਹਿੰਮਤ ਹੈ ਨਾ ਇਹ ਕਹਿ ਕੇ ਇਹ ਦਿਖਾਉਣ ਕਿ ਜਿਹੜਾ ਡੇਰਾ ਸੱਚਾ ਸੌਦਾ ਦੇ ਸਾਧ ਨੂੰ ਅਕਾਲ ਤਖ਼ਤ ਸਾਹਿਬ ਤੋਂ ਮਾਫ਼ੀਨਾਮਾ ਦਵਾਇਆ ਗਿਆ ਉਹਨਾਂ ਦਾ ਕੱਖ ਨਾ ਰਵੇ। ਕੀ ਸੁਖਬੀਰ ਸਿੰਘ ਬਾਦਲ ਅਕਾਲ ਤਖ਼ਤ 'ਤੇ ਜਾ ਕੇ ਗੱਲ ਕਹੂਗਾ ਜਾਂ ਹਰਸਿਮਰਤ ਕਹੂਗੀ? ਕੀ ਹਰਸਿਮਰਤ ਅਤੇ ਸੁਖਬੀਰ ਕਹਿਣਗੇ ਕਿ ਜਿਨ੍ਹਾਂ ਨੇ ਡੇਰਾ ਸੱਚਾ ਸੌਦਾ ਦੇ ਸਾਧ ਦੇ ਖਿਲਾਫ਼ 2012 ਵਿੱਚ ਬਠਿੰਡੇ ਦੀ ਅਦਾਲਤ ਵਿੱਚ ਕੈਂਸਲੇਸ਼ਨ ਰਿਪੋਰਟ ਫਾਈਲ ਕਰਾਈ ਕਿ ਇਹ ਮਾਮਲਾ ਖਤਮ ਕੀਤਾ ਜਾਵੇ, ਕੀ ਉਸ ਮਸਲੇ ਦੇ ਉੱਤੇ ਕਹਿਣਗੇ ਕਿ ਜਿਨ੍ਹਾਂ ਨੇ ਉਹ ਕੰਮ ਕਰਾਇਆ ਉਹਨਾਂ ਦਾ ਕੱਖ ਵੀ ਨਾ ਰਵੇ? ਇਸ ਲਈ ਇਹ ਸਿਰਫ ਡਰਾਮਾ ਕੀਤਾ ਜਾ ਰਿਹਾ ਵਾ, ਅਸਲੀਅਤ ਪੰਜਾਬ ਦੇ ਲੋਕ ਜਾਣਦੇ ਨੇ। ਇਸ ਵਾਰ ਸਿੱਖਾਂ ਨੇ ਵੋਟ ਨਹੀਂ ਪਾਈ ਉਹਨਾਂ ਨੂੰ, ਇਸ ਵਾਰ ਪੰਜਾਬ ਦੀ BJP ਦੀ ਲਹਿਰ ਦੇ ਕਰਕੇ ਹਿੰਦੂਆਂ ਨੇ ਬਾਦਲ ਦੇ ਟੱਬਰ ਨੂੰ ਵੋਟ ਪਾਈ। ਇਸ ਵਕਤ ਬਾਦਲ ਦੇ 2 ਟੱਬਰ ਦੇ ਮੈਂਬਰ ਜਿੱਤੇ ਨੇ, 8 ਅਕਾਲੀ ਦਲ ਦੇ ਉਮੀਦਵਾਰ ਹਾਰੇ ਨੇ। ਅਕਾਲੀ ਦਲ ਦੀ ਬਹੁਤ ਵੱਡੀ ਹਾਰ ਹੋਈ ਆ, ਪਰੰਤੂ ਅਕਾਲੀ ਦਲ ਦੇ ਵੋਟ ਬੈਂਕ 'ਚ ਵੀ ਵਾਧਾ ਹੋਇਆ। ਉਹ ਜਿਸ ਤਰ੍ਹਾਂ ਪੇਸ਼ ਕਰ ਰਹੇ ਨੇ ਜੀ, ਵੋਟ ਬੈਂਕ 2017 ਵਾਲਾ ਹੀ ਆ, 26% ਹੀ ਆ। ਉਹ BJP ਦਾ ਵੋਟ ਬੈਂਕ ਐਡ ਕਰਕੇ ਆਪਣੇ 'ਚ, ਕਿਉਂਕਿ ਬਹੁਤ ਸਾਰੇ ਵੱਡੇ ਸ਼ਹਿਰਾਂ 'ਚ ਲੁਧਿਆਣਾ, ਅੰਮ੍ਰਿਤਸਰ, ਬਠਿੰਡਾ ਔਰ ਜਲੰਧਰ ਵਰਗੇ ਸ਼ਹਿਰਾਂ 'ਚ ਹਿੰਦੂ ਵੋਟ ਜਿਹੜੀ ਸੀ ਉਹ ਅਕਾਲੀ ਦਲ ਨੂੰ ਪਈ ਆ। ਜਿਹੜੀ ਅਸਲ ਸਿੱਖ ਵੋਟ ਸੀ ਉਹ ਤਾਂ ਇਹਨਾਂ ਨੂੰ ਪਈ ਨਹੀਂ ਗੀ। ਜਿਹੜੀ ਅਕਾਲੀ ਦਲ ਆ ਬੇਸਿਕਲੀ ਸਿੱਖਾਂ ਦੀ ਨੁਮਾਇੰਦਾ ਜਮਾਤ ਕਹਿੰਦੀ ਸੀ ਆਪਣੇ ਆਪ ਨੂੰ, ਉਹ 'ਚ ਫੇਲ ਹੋ ਗਏ ਨੇ ਬਹੁਤ ਬੁਰੀ ਤਰ੍ਹਾਂ ਨਾਲ। ਔਰ ਸਾਡਾ ਮੰਨਣਾ ਵਾ ਕਿ ਜੇ ਅਸੀਂ ਆਪਣੇ ਘਰ ਨੂੰ ਔਰਗਨਾਈਜ਼ ਕਰ ਲਈਏ, ਅਸੀਂ 3 ਪੋਲੀਟੀਕਲ ਐਂਟੀਟੀਜ਼ ਜਿਨ੍ਹਾਂ ਦਾ ਟੀਚਾ ਇੱਕ ਆ, ਅਸੀਂ ਇੱਕ ਝੰਡੇ ਦੇ ਥੱਲੇ ਆ ਗਏ। ਸਾਨੂੰ ਪੂਰਾ ਵਿਸ਼ਵਾਸ ਹੈ ਕਿ 2022 ਦੇ ਵਿੱਚ ਇਹਨਾਂ ਦੋਨਾਂ ਰਵਾਇਤੀ ਪਾਰਟੀਆਂ ਨੂੰ ਲੋਕ ਹਰਾਉਣਾ ਚਾਹੁੰਦੇ ਨੇ, ਕਿਉਂਕਿ ਇਹ ਜਿਹੜਾ ਗੱਠਜੋੜ ਸੀ PDA ਇਹ ਇਲੈਕਸ਼ਨ ਤੋਂ ਮਹਿਜ਼ 1 ਮਹੀਨਾ ਪਹਿਲਾਂ ਦਾ ਬਣਿਆ ਵਾ। 1 ਮਹੀਨੇ ਦੇ ਵਿੱਚ ਅਸੀਂ ਲੋਕਾਂ 'ਚ ਕਿੰਨਾ ਕੌਨਫੀਡੈਂਸ ਅਸੀਂ ਇੰਸਪਾਇਰ ਕਰ ਸਕੇ? ਇਹਦੇ ਬਾਵਜੂਦ ਸਾਨੂੰ 14,65,000 ਵੋਟ ਪਈ ਆ ਅਤੇ ਲਗਭਗ 11.7% ਵੋਟ ਪਈ ਆ। ਸੋ ਵੀ ਆ ਵੈਰੀ ਹੋਪਫੁੱਲ। ਦੇਖੋ ਜ਼ਿੰਦਗੀ 'ਚ ਜਿੱਤ ਹਾਰਾਂ ਤਾਂ ਹੁੰਦੀਆਂ ਰਹਿੰਦੀਆਂ, ਪਰ ਅਸੀਂ ਕੋਸ਼ਿਸ਼ ਕਰਾਂਗੇ ਕਿ ਆਪਣੇ ਸੂਬੇ ਨੂੰ ਇਹਦੇ ਹਿੱਤਾਂ ਨੂੰ ਵਾਚ ਕਰਨ ਵਾਸਤੇ ਇੱਕ ਅੱਛਾ ਕੰਬੀਨੇਸ਼ਨ ਪੰਜਾਬ ਦੇ ਲੋਕਾਂ ਦੀ ਕਚਹਿਰੀ ਵਿੱਚ 2022 ਵਿੱਚ ਪੇਸ਼ ਕਰੀਏ। ਠੀਕ, ਜੇਕਰ ਪੰਜਾਬ ਦੇ ਵਿੱਚ PDA ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨਾਲ ਗੱਲਬਾਤ ਕਰ ਲੈਂਦੀ ਜਾਂ ਉਹਨਾਂ ਨਾਲ ਗੱਠਜੋੜ ਹੋ ਜਾਂਦਾ ਜਾਂ ਆਮ ਆਦਮੀ ਪਾਰਟੀ ਨਾਲ ਗੱਠਜੋੜ ਹੋ ਜਾਂਦਾ ਤਾਂ ਕਿਤੇ ਨਾ ਕਿਤੇ PDA ਜਿੱਤ ਸਕਦੀ ਸੀ? ਦੇਖੋ, ਅਸੀਂ ਆਮ ਆਦਮੀ ਪਾਰਟੀ ਨੂੰ ਵੀ ਸੱਦਾ ਦਿੱਤਾ ਸੀ ਜਦੋਂ ਅਸੀਂ PDA ਬਣਾਇਆ, ਹਾਲਾਂਕਿ ਮੇਰੀ ਪਾਰਟੀ ਦੇ ਕੁਝ ਲੋਕ ਮੇਰੇ ਨਾਲ ਨਾਰਾਜ਼ ਹੁੰਦੇ ਸੀ, ਪਰ ਮੈਂ ਉਹਨਾਂ ਨੂੰ ਕਿਹਾ ਸੀ ਤੁਸੀਂ ਵੀ PDA 'ਚ ਆ ਜਾਓ, ਪਰ ਉਹਨਾਂ ਨੇ ਉਸ ਵਕਤ ਬਿਨਾਂ ਸੋਚੇ ਸਮਝੇ 1 ਘੰਟੇ 'ਚ ਹੀ ਸਾਨੂੰ ਰਿਜੈਕਟ ਕਰਤਾ ਕਿ ਜਿੱਥੇ ਖੇਰਾ ਅਤੇ ਬੈਂਸ ਆ ਅਸੀਂ ਉਸ ਗੱਠਜੋੜ ਵਿੱਚ ਕਦੇ ਵੀ ਨਹੀਂ ਜਾਵਾਂਗੇ। ਸੋ ਬਾਹਰ ਜਾਣ ਦਾ ਸੁਮਾ ਆਮ ਆਦਮੀ ਪਾਰਟੀ ਦਾ ਸੀਗਾ। ਟਕਸਾਲੀਆਂ ਨਾਲ ਸਾਡੀ ਜਦੋਂ ਗੱਲਬਾਤ ਚੱਲੀ, ਉਹਨਾਂ ਨੇ ਗੱਲਬਾਤ ਦੇ ਦੌਰਾਨ ਹੀ 2 ਉਮੀਦਵਾਰਾਂ ਦਾ ਐਲਾਨ ਕਰਤਾ, ਵੀਰ ਦਵਿੰਦਰ ਸਿੰਘ ਮੋਹਾਲੀ ਤੋਂ ਅਤੇ ਜਨਰਲ JJ ਸਿੰਘ ਖਡੂਰ ਸਾਹਿਬ ਤੋਂ। ਸਾਡਾ ਉਹਦੇ 'ਚ ਕੋਈ ਕਸੂਰ ਨਹੀਂ ਸੀ, ਔਰ ਮੈਂ ਕਾਫ਼ੀ ਸਮਝਾਉਣ ਦੀ ਕੋਸ਼ਿਸ਼ ਕੀਤੀ ਬ੍ਰਹਮਪੁਰਾ ਸਾਹਿਬ ਨੂੰ, ਔਰ ਮੈਂ ਵੀਰ ਦਵਿੰਦਰ ਦੀ ਸੀਟ ਵਾਸਤੇ ਦਿੱਲੀ ਜਾ ਕੇ ਸਤੀਸ਼ ਚੰਦਰ ਮਿਸ਼ਰਾ, ਜਿਹੜੇ ਕਿ ਮਾਇਆਵਤੀ ਦੇ ਨੰਬਰ 2 ਨੇ BSP ਦੇ, ਅਸੀਂ ਉਹਨਾਂ ਨਾਲ ਵੀ ਕੋਸ਼ਿਸ਼ ਕੀਤੀ ਵੀ ਕਿਸੇ ਤਰੀਕੇ ਨਾਲ ਇਹ ਜਿਹੜੀ ਸੀਟ ਤੁਸੀਂ ਅਗਰ ਛੱਡ ਦਿਓ, ਲੇਕਿਨ ਉਹ ਗੱਲ ਬਣ ਨਾ ਸਕੀ। ਸੋ ਆਪਣੇ ਵੱਲੋਂ ਅਸੀਂ ਪੂਰੀ ਕੋਸ਼ਿਸ਼ ਕੀਤੀ ਕਿ ਟਕਸਾਲੀਆਂ ਨੂੰ ਵੀ ਨਾਲ ਲਿਆ ਜਾਵੇ, ਅਨਫੋਰਚੁਨੇਟਲੀ ਉਹ ਪੋਸੀਬਲ ਨਹੀਂ ਹੋਇਆ। ਪਰ ਮੈਂ ਹੁਣ ਕਹਿਣਾ ਚਾਹੁੰਦਾ ਕਿ ਆਫਟਰ ਇਹਨਾਂ ਨਤੀਜਿਆਂ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਵੀ ਸਬਕ ਲੈਣਾ ਚਾਹੀਦਾ,
ਅਸੀਂ ਵੀ ਸਬਕ ਲਵਾਂਗੇ ਅਤੇ ਟਕਸਾਲੀਆਂ ਨੂੰ ਵੀ ਸਬਕ ਲੈਣਾ ਚਾਹੀਦਾ। ਖਹਿਰਾ ਸਾਹਿਬ, ਇੱਕ ਰਾਜਨੀਤੀ ਦਾ ਨਿਯਮ ਹੈ ਵੀ ਜਦੋਂ ਕੋਈ ਵੀ ਆਪਣੀ ਪਾਰਟੀ ਤੋਂ ਟੁੱਟ ਜਾਂਦਾ ਤਾਂ ਉਹਦਾ ਸਿਆਸੀ ਕਰੀਅਰ ਜਿਹੜਾ ਖਤਮ ਮੰਨਿਆ ਜਾਂਦਾ। ਪਹਿਲਾਂ ਤੁਸੀਂ ਕਾਂਗਰਸ ਦੇ ਵਿੱਚ ਸੀ, ਫਿਰ ਆਮ ਆਦਮੀ ਪਾਰਟੀ ਦੇ ਵਿੱਚ ਆਏ, ਹੁਣ ਤੁਸੀਂ ਆਪਣੀ ਅਲੱਗ ਪਾਰਟੀ ਬਣਾ ਲਈ ਹੈ, ਫਿਰ ਤੁਸੀਂ PDA ਦੇ ਵਿੱਚ ਗਏ। ਤੁਹਾਨੂੰ ਨਹੀਂ ਲੱਗਦਾ ਕਿਤੇ ਨਾ ਕਿਤੇ ਤੁਸੀਂ ਇੰਨੀਆਂ ਪਾਰਟੀਆਂ ਛੱਡ ਕੇ ਆਏ ਹੋ ਅਤੇ ਇਹਦਾ ਅਸਰ ਤੁਹਾਨੂੰ ਇਹਨਾਂ ਚੋਣਾਂ ਦੇ ਵਿੱਚ ਭੁਗਤਣਾ ਪਿਆ? PDA ਅਤੇ ਆਮ ਸਾਡੀ ਆਪਣੀ ਜਿਹੜੀ ਪਾਰਟੀ ਇੱਕ ਹੀ ਚੀਜ਼ ਹੈ ਨਾ ਜੀ, ਉਹ ਦੋ ਚੀਜ਼ਾਂ ਨਾ ਗਿਣੋ। ਕਾਂਗਰਸ ਮੈਂ 20 ਸਾਲ ਦੀ ਸੇਵਾ ਤੋਂ ਬਾਅਦ ਛੱਡੀ ਸੀ। ਜਿਹੜਾ ਆਮ ਆਦਮੀ ਪਾਰਟੀ ਆ, ਇਹ ਤਾਂ ਕੇਜਰੀਵਾਲ ਹੋਣੀ ਜ਼ਿੰਮੇਵਾਰ ਆ, ਸਾਡੇ ਵਰਗੇ ਬੰਦੇ ਸਾਰੇ ਕੱਢ ਕੇ ਰੱਖ ਦਿੱਤੇ ਉਹਨਾਂ ਨੇ। ਸੋ ਮੈਂ ਕੋਈ ਖੁਸ਼ੀ ਨਾਲ ਪਾਰਟੀਆਂ ਨਹੀਂ ਬਦਲੀਆਂ, ਨੰਬਰ 1। ਨੰਬਰ 2, ਪਰੰਤੂ ਕੇਜਰੀਵਾਲ ਸਾਹਿਬ ਤਾਂ ਕਹਿੰਦੇ ਨੇ ਵੀ ਖਹਿਰਾ ਸਾਹਿਬ ਸਿਰਫ ਜਿਹੜੀ ਵੀ ਪਾਰਟੀ 'ਚ ਜਾਂਦੇ ਨੇ ਉੱਥੇ ਜਾ ਕੇ ਵਿਵਾਦ ਹੀ ਖੜਾ ਕਰਦੇ ਨੇ, ਪਾਰਟੀ ਨੂੰ ਜੋੜਨ ਦਾ ਨਹੀਂ ਕੰਮ ਕਰਦੇ, ਤੋੜਨ ਦਾ ਕੰਮ ਕਰਦੇ। ਫਿਰ ਮੈਨੂੰ ਲੋਕ ਲੀਡਰ ਆਫ ਆਪੋਜੀਸ਼ਨ ਕਿਉਂ ਬਣਾਇਆ ਸੀਗਾ ਅਤੇ ਲੀਡਰ ਆਫ ਆਪੋਜੀਸ਼ਨ ਬਣ ਕੇ ਮੈਂ ਕਿਹੜਾ ਕੰਮ ਗਲਤ ਕੀਤਾ ਸੀ? ਮੈਂ ਹਟਾਇਆ ਵੀ ਤਾਂ ਗਿਆ ਤੁਹਾਨੂੰ, ਮੈਂ ਹਟਾਇਆ ਫਿਰ ਉਹਨਾਂ ਨੇ ਤੁਹਾਨੂੰ ਬਿਨਾਂ ਦੱਸੇ ਹਟਾਇਆ ਗਿਆ। ਉਹ ਟੋਲਰੇਟ ਹੀ ਨਾ ਕਰਦੇ, ਉਹੀ ਤਾਂ ਮੈਂ ਕਹਿੰਦਾ ਕਿ ਉਹ ਤਾਨਾਸ਼ਾਹ ਬੰਦਾ ਵਾ, ਉਹ ਆਪਣੇ ਮੁਕਾਬਲੇ 'ਤੇ ਕੋਈ ਵੀ ਆਦਮੀ ਹੋਰ ਜਿਹੜਾ ਉਹਦੇ ਲੈਵਲ ਦਾ ਪਾਪੂਲਰ ਹੋਣ ਦੀ ਕੋਸ਼ਿਸ਼ ਕਰੇ ਉਹਨੂੰ ਆਪ ਹੀ ਕੱਟ ਦਿੰਦੇ ਨੇ। ਕੇਜਰੀਵਾਲ ਇੱਕ ਨਵੇਂ ਤਰੀਕੇ ਦੀ ਪੋਲੀਟਿਕਸ ਕੀਤੀ, ਕੋਈ ਪਾਰਟੀ ਮੈਂ ਨਹੀਂ ਦੇਖੀ ਜਿਹੜੀ ਸੈਲਫ ਗੋਲ ਕਰਦੀ ਹੈ। ਇਹਨਾਂ ਨੇ ਹਰ 6 ਮਹੀਨੇ ਬਾਅਦ ਕੋਈ ਨਾ ਕੋਈ ਸੈਲਫ ਗੋਲ ਕਰਨਾ। ਚਲੋ ਮੈਂ ਕੇਜਰੀਵਾਲ ਦੀ ਗੱਲ ਨਹੀਂ ਕਰ ਰਿਹਾ, ਜੇ ਤੁਸੀਂ ਕਹਿੰਦੇ ਹੋ ਕਿ ਪਾਰਟੀਆਂ ਨਹੀਂ ਬਦਲਦੇ ਤਾਂ ਭਗਵੰਤ ਮਾਨ ਨੇ ਕਿੰਨੀਆਂ ਬਦਲੀਆਂ ਨੇ? ਪਹਿਲਾਂ ਲੋਕ ਭਲਾਈ ਪਾਰਟੀ, ਫਿਰ PPP ਅਤੇ ਹੁਣ ਆਮ ਆਦਮੀ ਪਾਰਟੀ, 3 ਥਾਂ ਆ ਗਏ। ਅਤੇ ਮੈਂ ਤਾਂ 25-30 ਸਾਲ ਦੇ 20-25 ਸਾਲ ਦੇ ਪੋਲੀਟੀਕਲ ਕਰੀਅਰ 'ਚ 3ਰੇ ਥਾਂ ਆਇਆ, ਅਤੇ ਉਹ ਤਾਂ 6-7 ਸਾਲਾਂ ਦੇ ਵਿੱਚ ਹੀ 3ਰੇ ਥਾਂ। ਜੇ ਪਾਰਟੀਆਂ ਬਦਲਣੀਆਂ ਤਾਂ ਪਹਿਲੀ ਇਲੈਕਸ਼ਨ ਬਾਦਲ ਸਾਹਿਬ ਨੇ ਕਾਂਗਰਸ ਦੇ ਸਿੰਬਲ ਦੇ ਉੱਤੇ ਲੜੀ ਸੀ 1957 ਦੀ। ਅਮਰਿੰਦਰ ਸਿੰਘ ਪਹਿਲਾਂ ਕਾਂਗਰਸ ਵਿੱਚ ਸੀ, ਫਿਰ ਅਕਾਲੀ ਦਲ 'ਚ ਆਏ, ਫਿਰ ਉਹਨਾਂ ਨੇ ਪੰਥਕ ਅਕਾਲੀ ਦਲ ਬਣਾਇਆ, ਫਿਰ ਉਹਨਾਂ ਨੇ ਕਾਬਲ ਅਕਾਲੀ ਦਲ ਬਣਾਇਆ, ਫਿਰ ਉਹ ਵਾਪਸ ਕਾਂਗਰਸ ਵਿੱਚ ਚਲੇ ਗਏ। ਇਹ ਪਾਰਟੀਆਂ ਬਦਲਣਾ ਕੋਈ ਸ਼ੌਂਕ ਨਹੀਂ ਹੁੰਦਾ, ਇਹ ਸਟੇਟ ਦੇ ਪੋਲੀਟੀਕਲ ਸਰਕਮਸਟਾਂਸਿਸ ਇਹੋ ਜਿਹੇ ਡਿਵੈਲਪ ਹੋ ਜਾਂਦੇ ਨੇ ਕਿ ਕਈ ਵਾਰ ਤੁਹਾਨੂੰ ਕੋਈ ਫੈਸਲਾ ਇਸ ਤਰ੍ਹਾਂ ਦਾ ਲੈਣਾ ਪੈਂਦਾ। ਇਹ ਕੋਈ ਜ਼ਾਤੀ, ਮੈਂ ਆਮ ਆਦਮੀ ਪਾਰਟੀ ਵਿੱਚ ਜਾ ਕੇ ਜਾਂ ਕਿਸੇ ਹੋਰ ਪਾਰਟੀ ਵਿੱਚ ਜਾ ਕੇ ਕੋਈ ਜਾਂ ਤਾਂ ਕੋਈ ਨਿੱਜੀ ਮੁਫਾਦ ਜਾਂ ਕੋਈ ਫਾਇਦਾ ਲਿਆ ਹੋਵੇ, ਕੋਈ ਕਰਪਸ਼ਨ ਕੀਤੀ ਹੋਵੇ, ਫਿਰ ਤਾਂ ਮੈਂ ਜ਼ਿੰਮੇਵਾਰ ਹੈਗਾ। ਮੈਂ ਤਾਂ ਹਮੇਸ਼ਾ ਲੜਾਈ ਪੜ੍ਹਾਈ ਵਾਸਤੇ ਉਸ ਪਲੇਟਫਾਰਮ ਨੂੰ ਚੁਣਿਆ ਜਿੱਥੋਂ ਮੈਂ ਸਮਝਦਾ ਕਿ ਪੰਜਾਬ ਦੇ ਆਪਣੇ ਸਟੇਟ ਦੇ ਹਿੱਤ ਦੀ ਲੜਾਈ ਦਿੱਤੀ ਜਾ ਸਕਦੀ। ਅੱਜ ਕੱਲ੍ਹ ਨੇ ਪੰਜਾਬ ਦੇ ਵਿੱਚ ਕਹਾਵਤ ਬੜੀ ਪ੍ਰਚਲਿਤ ਹੈ ਵੀ ਜਿਹੜੀ ਰਾਜਨੀਤੀ ਉਹ ਇੱਕ ਦਲਦਲ ਹੈ, ਬੰਦੇ ਨਾਲ ਇਹਦੇ ਵਿੱਚ ਵਫਾ ਵੜਦਾ 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 ਚਿੱਕੜ ਦੇ ਵਿੱਚ ਵੜਦਾ ਜਾਂਦਾ, ਨਿਕਲਦਾ ਨਹੀਂ ਹੈਗਾ। ਅਤੇ ਤੁਸੀਂ ਇੱਕ ਬੜੀ ਰਾਜਨੀਤੀ ਜਿਹੜੀ ਕਰਦੇ ਹੋ, ਮੁੱਦਿਆਂ 'ਤੇ ਆਧਾਰਿਤ ਕਰਦੇ ਹੋ, ਠੀਕ ਹੈ, ਪਰੰਤੂ ਜਿਹੜੇ ਇੱਕ ਇਮਾਨਦਾਰ ਬੰਦੇ ਦਾ ਤੁਹਾਨੂੰ ਕੀ ਲੱਗਦਾ ਰਾਜਨੀਤੀ ਦੇ ਵਿੱਚ ਕੋਈ ਵਜੂਦ ਹੈ? ਕਿਉਂਕਿ ਨਵਜੋਤ ਸਿੰਘ ਸਿੱਧੂ ਵੀ ਬੋਲਦੇ ਨੇ, ਉਹਨਾਂ ਨੂੰ ਉਹਨਾਂ ਦੀ ਪਾਰਟੀ ਦੇ ਉਹਨਾਂ ਦੇ ਆਪਣੇ ਜਿਹੜੇ ਨਾਲ ਦੇ ਸਾਥੀ ਨੇ ਉਹਨਾਂ ਦਾ ਬਗਾਵਤ ਦਾ ਝੰਡਾ ਚੁੱਕਦੇ ਨੇ, ਕੈਪਟਨ ਅਮਰਿੰਦਰ ਸਿੰਘ ਖੁਦ ਨਵਜੋਤ ਸਿੰਘ ਸਿੱਧੂ ਦੀ ਬਗਾਵਤ ਕਰ ਰਹੇ ਨੇ? ਨਹੀਂ, ਇਹ ਤਾਂ ਮੈਂ ਸਮਝਦਾ ਕਿ ਅੱਜ ਜਿੱਦਾਂ ਦੀ ਪ੍ਰਦੂਸ਼ਿਤ ਰਾਜਨੀਤੀ ਹੈ ਭਾਰਤ ਦੀ, ਇਹਦੇ 'ਚ ਸੱਚ ਦੀ ਗੱਲ ਕਹਿਣਾ ਜਾਂ ਇਸ਼ੂ ਬੇਸਡ ਗੱਲ ਕਰਨੀ, ਸਰਵਾਈਵ ਕਰਨਾ ਬਹੁਤ ਔਖਾ ਵਾ। ਪਰ ਹੁਣ ਦੁੱਖ ਇਸ ਗੱਲ ਦਾ ਜਾਂ ਕਹਿ ਲਓ ਜਾਂ ਕੁਛ ਵੀ ਸਮਝ ਲਓ ਕਿ ਆਈ ਕੈਨੋਟ ਚੇਂਜ ਮਾਈ ਸਟਾਈਲ। ਜਿਸ ਮੈਂ ਤਰੀਕੇਕਾਰ ਨੂੰ ਅਡੋਪਟ ਕੀਤਾ ਹੋਇਆ, ਜਿਸ ਰਾਹ 'ਤੇ ਮੈਂ ਚੱਲਿਆ ਹੋਇਆ, ਮੈਂ ਆਪਣੇ ਅਸੂਲ ਜਾਂ ਆਪਣਾ ਕਾਇਦੇ ਕਾਨੂੰਨ ਨਹੀਂ ਛੱਡ ਸਕਦਾ। ਇਹਦਾ ਨਫਾ ਹੁੰਦਾ ਜਾਂ ਨਤੀਜਾ, ਇਹ ਤਾਂ ਹੁਣ ਲੋਕਾਂ ਦੇ ਹੱਥ ਵਿੱਚ ਆ। ਪਰ ਇਹ ਮੈਂ ਕਹਿਣਾ ਚਾਹੁੰਦਾ, ਤੁਸੀਂ ਕਹਿ ਰਹੇ ਸੀ ਕਿ ਰਾਜਨੀਤੀ ਦਲਦਲ ਬਣਦੀ ਜਾ ਰਹੀ, ਦਲਦਲ ਨਹੀਂ ਗੀ, ਅਸਲ ਵਿੱਚ ਜਿਹੜਾ ਨੁਕਸਾਨ ਹੋ ਰਿਹਾ ਸਾਰੇ ਦੇਸ਼ ਦਾ ਅਤੇ ਪੰਜਾਬ ਦਾ, ਇਹਨਾਂ ਨੇ ਹੁਣ ਰਾਜਨੀਤੀ ਨੂੰ ਤਜਾਰਤ ਬਣਾ ਲਿਆ, ਇੱਕ ਧੰਦਾ ਅਤੇ ਬਿਜ਼ਨਸ ਬਣਾਇਆ ਹੋਇਆ। ਤਾਂ ਹੀ ਉਹ ਤੁਸੀਂ ਦੇਖੋਗੇ ਤਾਕਤਵਰ ਪੋਲੀਟੀਕਲ ਜਿਹੜੇ ਇੰਡਸਟਰੀਅਲਿਸਟ ਟਾਈਪ ਲੋਕ ਨੇ, ਉਹ ਸਾਰੇ ਕੈਪਟਨ ਅਤੇ ਬਾਦਲ ਨੇ ਪੰਜਾਬ ਦੀ ਗੱਲ ਕਰ ਲਈ, ਇੱਦਾਂ ਦੇ ਬੰਦੇ ਆ ਅੰਦਰ ਲਿਆਉਂਦੇ ਆ ਰਾਜਨੀਤੀ ਜਿਹਨਾਂ ਦਾ ਕੋਈ ਸਰੋਕਾਰ ਹੀ ਨਹੀਂ ਗਾ। ਪਹਿਲਾਂ ਅਕਾਲੀਆਂ ਦੀ ਗੱਲ ਸੁਣ ਲਓ ਤੁਸੀਂ, ਜਿਹੜੇ ਅਕਾਲੀ ਸਿੱਖਾਂ ਦੀ ਨੁਮਾਇੰਦਾ ਜਮਾਤ ਸੀਗੀ, ਉਹਨਾਂ ਨੇ ਕਿੱਦਾਂ ਦੇ ਬੰਦੇ ਲਿਆਉਂਦੇ? ਸਰੂਪ ਚੰਦ ਸਿੰਗਲਾ ਜਿਹੜਾ ਰੀਅਲ ਇਸਟੇਟ ਦਾ ਡੀਲ ਕਰਦਾ ਬਠਿੰਡੇ ਤੋਂ, ਦੀਪ ਮਲਹੋਤਰਾ ਜਿਹੜਾ ਸ਼ਰਾਬ ਦਾ ਬਹੁਤ ਵੱਡਾ ਵਪਾਰੀ ਹੈ, NK ਸ਼ਰਮਾ ਜਿਹੜਾ ਰੀਅਲ ਇਸਟੇਟ ਦਾ ਡੀਲਰ ਹੈ ਜ਼ੀਰਕਪੁਰ ਦਾ, ਆ ਕੈਪਟਨ ਅਮਰਿੰਦਰ ਸਿੰਘ ਨੇ ਰਾਣੇ ਗੁਰਜੀਤ ਵਰਗੇ ਅਤੇ ਆ ਕੇਵਲ ਢਿੱਲੋਂ ਵਰਗੇ ਸਾਰੇ ਵਪਾਰੀ ਅੰਦਰ ਲਿਆ ਕੇ ਤਾਂ ਕਿ ਸਾਨੂੰ ਪੈਸੇ ਦੇਣ, ਅਤੇ ਉਹਦੇ ਪੈਸੇ ਦੇ ਨਾਲ ਅਸੀਂ ਚੋਣਾਂ ਦੀ ਪ੍ਰਣਾਲੀ ਨੂੰ ਹੋਰ ਗੰਦਲਾ ਕਰੀਏ। ਇਹਦੇ ਕਰਕੇ ਸਾਰਾ ਭਾਰਤ ਵਿੱਚ ਨੁਕਸਾਨ ਹੋ ਰਿਹਾ। ਠੀਕ ਆ, ਸੜਕਾਂ ਬਣ ਰਹੀਆਂ, ਮੌਲ ਬਣ ਰਹੇ ਨੇ, ਬਟ ਅਗਰ ਤੁਸੀਂ ਬਰੀਕੀ ਨਾਲ ਜ਼ਮੀਨ 'ਤੇ ਜਾ ਕੇ ਦੇਖੋਗੇ, ਆਮ ਜਨਤਾ ਬਹੁਤ ਹਤਾਸ਼ ਹੈ, ਬੇਰੁਜ਼ਗਾਰੀ ਬਹੁਤ ਵੱਡੇ ਪੱਧਰ 'ਤੇ ਆ, ਕਰਜ਼ਾ ਬਹੁਤ ਜ਼ਿਆਦਾ ਲੋਕਾਂ 'ਤੇ, ਔਰ ਕਿਸਾਨ ਅਤੇ ਖੇਤ ਮਜ਼ਦੂਰ ਤਾਂ ਬਹੁਤ ਵੱਡੇ ਪੱਧਰ 'ਤੇ ਆਤਮ ਹੱਤਿਆ ਕਰ ਰਹੇ ਨੇ। ਆਮ ਆਦਮੀ ਨੂੰ 2 ਵਕਤ ਦੀ ਰੋਟੀ ਦਾ ਜੁਗਾੜ ਕਰਨਾ ਔਖਾ ਪਿਆ ਵਾ। ਮਾਲਵਾ ਦਾ ਰੀਜਨ ਸਾਰਾ ਜ਼ਹਿਰੀਲਾ ਪਾਣੀ ਪੀ ਰਿਹਾ, ਐਡਾ ਵੱਡਾ ਕੈਂਸਰ ਆ। ਦੇਖੋ ਬਠਿੰਡਾ ਜੋ ਮਰਜ਼ੀ ਕਰੀ ਜਾਣ ਬਾਦਲ, ਉਹ 2 ਗੱਲਾਂ ਦੀ ਰਾਜਧਾਨੀ ਬਣ ਗਈ, ਇੱਕ ਤਾਂ ਸੁਸਾਈਡਸ ਦੀ, ਆਤਮ ਹੱਤਿਆ ਦੀ ਕਿਸਾਨਾਂ ਦੀ ਰਾਜਧਾਨੀ ਹੈ ਮਾਨਸਾ ਅਤੇ ਬਠਿੰਡਾ, ਅਤੇ ਦੂਜਾ ਕੈਂਸਰ ਦੀ ਰਾਜਧਾਨੀ ਆ ਮਾਨਸਾ ਅਤੇ ਬਠਿੰਡਾ। ਤੁਸੀਂ ਜ਼ਿਕਰ ਕੀਤਾ ਕਿ ਕੈਂਸਰ ਟ੍ਰੇਨ ਜਾਂਦੀ ਆ ਫਰੋਮ ਬਠਿੰਡਾ ਟੂ ਬੀਕਾਨੇਰ, ਕਿਉਂ ਜਾਵੇ? ਕਿਉਂ ਲੋਕਾਂ ਨੂੰ ਕੈਂਸਰ ਹੋਵੇ? ਜੇ ਸਰਕਾਰਾਂ ਚੰਗੀਆਂ ਕੰਮ ਕਰਦੀਆਂ ਹੁੰਦੀਆਂ, ਸਾਡੇ ਸਕੂਲ ਅੱਛੇ ਹੋ ਸਕਦੇ ਸੀਗੇ, ਸਾਡੇ ਹੋਸਪਿਟਲ ਅੱਛੇ ਹੋਣੇ ਚਾਹੀਦੇ ਸੀਗੇ, ਸਾਡੇ ਬੱਚਿਆਂ ਦੇ
ਕਹਿੰਦੇ ਨੇ ਕਿ 50,000 ਦੇ ਕਰੀਬ ਬੱਚਾ ਮਾਈਗ੍ਰੇਟ ਕਰ ਰਿਹਾ ਸਟੂਡੈਂਟ ਵੀਜ਼ਾ 'ਤੇ, ਔਰ ਹਰ ਬੱਚਾ ਤਕਰੀਬਨ ਔਸਤਨ 20 ਲੱਖ ਰੁਪਇਆ ਲੈ ਕੇ ਜਾ ਰਿਹਾ। ਜਸਟ ਇਮੈਜਿਨ, ਇਟਸ ਨੋਟ ਓਨਲੀ ਬ੍ਰੇਨ ਡਰੇਨ ਬਟ ਇਟ ਇਜ਼ ਔਲਸੋ ਇਕੋਨਮੀ ਡਰੇਨ ਆਫ ਦ ਸਟੇਟ। ਸੋ ਇਹਦੇ ਲਈ ਕੌਣ ਰਿਸਪੋਂਸੀਬਲ ਆ ਅਤੇ ਕਿਸ ਤਰ੍ਹਾਂ ਦੀ ਰਾਜਨੀਤੀ ਆ? ਤਾਂ ਮੈਂ ਕਿਹਾ ਕਿ ਇਹ ਸਭ ਵਪਾਰੀ ਅਤੇ ਧੰਦਾ ਕਰਨ ਵਾਲੇ ਸਿੱਧੇ ਇਸ ਰਾਜਨੀਤੀ ਛਾਲਾ ਮਾਰ ਚੁੱਕੇ ਨੇ। ਖੈਰਾ ਸਾਹਿਬ, ਤੁਸੀਂ ਆਮ ਲੋਕ ਜਿਹੜੇ ਨੇ ਕਾਫ਼ੀ ਉਹਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ, ਬੇਰੁਜ਼ਗਾਰੀ ਹੋ ਗਿਆ, ਨਸ਼ਾ ਹੋ ਗਿਆ, ਬਹੁਤ ਸਾਰੇ ਮੁੱਦੇ ਨੇ ਪੰਜਾਬ ਦੇ ਵੀ। ਸ਼ਾਇਦ ਦਿਨ ਲੰਘ ਜਾਏਗਾ ਆਪਾਂ ਉਹ ਮੁੱਦੇ ਡਿਸਕਸ ਕਰਦੇ ਕਰਦੇ, ਪਰ ਉਹ ਮੁੱਦੇ ਨਹੀਂ ਮੁੱਕਣਗੇ। ਤੁਸੀਂ ਉਹ ਸਾਰੇ ਮੁੱਦੇ ਚੁੱਕੇ, ਲੋਕਾਂ ਨੂੰ ਵੀ ਪਤਾ ਸੀ ਸਾਨੂੰ ਇਹ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ, ਇਸ ਦੇ ਬਾਵਜੂਦ ਲੋਕਾਂ ਨੇ ਅਕਾਲੀ ਦਲ ਨੂੰ ਵੋਟਾਂ ਕਿਉਂ ਪਾਈਆਂ ਜਾਂ ਕਾਂਗਰਸ ਨੂੰ ਵੋਟਾਂ ਕਿਉਂ ਪਾਈਆਂ? ਮੈਂ ਤੁਹਾਨੂੰ ਕਿਹਾ ਕਿ ਇੱਕ ਤਾਂ ਹੋ ਸਕਦਾ ਕਿ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਬਹੁਤ ਛੇਤੀ ਬਣਿਆ ਸੀ, ਇੱਕ 6 ਪਾਰਟੀਆਂ, ਸਾਡੀਆਂ 3 ਪਾਰਟੀਆਂ ਦੇ ਝੰਡੇ, ਲੋਕੀ ਕਨਫਿਊਜ਼ ਸੀ। ਗਾਂਧੀ ਸਾਹਿਬ ਦਾ ਚੋਣ ਨਿਸ਼ਾਨ ਮਾਈਕ ਸੀ, ਮੇਰਾ ਚਾਬੀ ਸੀਗਾ, ਔਰ ਬੈਂਸ ਦਾ ਲੈਟਰ ਬਾਕਸ ਸੀ, ਅਤੇ ਜਦ ਸਾਡਾ ਨਿਸ਼ਾਨਾ ਹੀ ਇੱਕ ਆ, ਵੀ ਸ਼ੁੱਡ ਹੈਵ ਬੀਨ 1 ਪਾਰਟੀ। ਨੰਬਰ 1 ਤਾਂ ਇਹ ਗੱਲ ਹੈਗਾ ਕਿ ਬਹੁਤ ਥੋੜ੍ਹਾ ਸਮਾਂ ਬਣਿਆ ਅਸੀਂ ਇਸ ਅਲਾਇੰਸ ਨੂੰ ਇਕੱਠੇ ਕਰਨ ਨੂੰ ਅਤੇ ਲੋਕਾਂ ਵਿੱਚ ਕੌਨਫੀਡੈਂਸ ਬਿਲਡ ਕਰਨ ਲਈ। ਦੂਜਾ ਇਹ ਹੈਗਾ ਕਿ ਮੈਂ ਕਹਿ ਰਿਹਾ ਵਾਂ ਕਿ ਇਹ ਰਵਾਇਤੀ ਪਾਰਟੀਆਂ ਦੀ ਜੜ੍ਹਾਂ ਬਹੁਤ ਡੂੰਘੀਆਂ ਨੇ। ਕਾਂਗਰਸ ਅਤੇ ਅਕਾਲੀ ਦਲ ਨੇ ਕਈ ਕਈ ਸਰਕਾਰਾਂ ਬਣਾਈਆਂ ਪੰਜਾਬ 'ਚ, ਇਹਨਾਂ ਦੇ ਬੰਦੇ ਜਿਹੜੇ ਨੇ ਹਰ ਪਿੰਡ ਵਿੱਚ ਚੌਧਰੀ ਜਿਹੜੇ ਨੇ, ਸਰਪੰਚ ਬੈਠੇ ਨੇ, ਨੰਬਰਦਾਰ ਬੈਠੇ ਨੇ, ਸਰਮਾਏਦਾਰ ਬੈਠੇ ਨੇ, ਉਹਨਾਂ ਦਾ ਲੋਕਾਂ 'ਤੇ ਬਹੁਤ ਕੰਟਰੋਲ ਆ। ਆਪ ਗਰੀਬ ਆਦਮੀ ਤਾਂ ਦੇਖੋ ਨਰੇਗਾ ਦੀ ਦਿਹਾੜੀ ਮੰਗ ਰਿਹਾ ਕਿ 240 ਰੁਪਏ ਮੈਨੂੰ ਦਿਹਾੜੀ ਦੇ ਦਿਓ, ਆਟੇ ਦਾਲ ਦੇ ਉੱਤੇ ਮੁਹਤਾਜ ਨੇ ਵਿਚਾਰੇ, ਉਹਨਾਂ ਨੂੰ ਪੈਨਸ਼ਨਾਂ 'ਤੇ ਮੁਹਤਾਜ ਨੇ। ਜਿੰਨੇ ਪਿੰਡਾਂ 'ਚ ਮੈਂ ਗਿਆ, ਮੈਂ ਜਦੋਂ ਲੋਕਾਂ ਦੇ ਇਕੱਠ ਵਿੱਚ ਆਪਣੀ ਤਕਰੀਰ ਤੋਂ ਬਾਅਦ ਅੰਦਰ ਵੜ ਜਾਂਦਾ ਸੀ, ਤਾਂ ਇੱਕ ਇਹੀ ਕੰਪਲੇਂਟ ਸੀ ਕਿ ਸਾਡੀ ਨਰੇਗਾ ਦੇ ਕਾਰਡ ਕੱਟੇ ਗਏ ਨੇ, ਸਾਡੀਆਂ ਪੈਨਸ਼ਨਾਂ ਕੱਟੀਆਂ ਗਈਆਂ ਨੇ, ਅਤੇ ਸਾਨੂੰ ਜਿਹੜਾ ਆਟਾ ਦਾਲ ਦੀ ਸਕੀਮ 'ਚੋਂ ਸਾਡੇ ਨਾਮ ਕੱਟ ਦਿੱਤੇ। ਸੋ ਮਤਲਬ ਜਿਹੜਾ ਮਾਨਸਿਕ ਤੌਰ 'ਤੇ ਲੋਕਾਂ ਦਾ ਅਵੇਅਰਨੈਸ ਲੈਵਲ ਬਹੁਤ ਥੱਲੇ ਆ ਹਲੇ, ਔਰ ਇਹ ਜਿਹੜਾ ਵੋਟਰ ਆ ਇਹਨੂੰ ਉਹ ਬਹੁਤ ਛੇਤੀ ਐਕਸਪਲੋਇਟ ਕਰਦੇ ਨੇ। ਚੌਧਰੀ, ਕਾਂਗਰਸ ਅਤੇ ਅਕਾਲੀ ਦਲ ਇਹਨੂੰ ਬਹੁਤ ਛੇਤੀ ਐਕਸਪਲੋਇਟ ਕਰਦੇ ਨੇ। ਪਹਿਲਾਂ 10 ਸਾਲ ਅਕਾਲੀ ਡਰਾਉਂਦੇ ਰਹੇ ਵੋਟਰਾਂ ਨੂੰ ਕਿ ਸਾਨੂੰ ਵੋਟਾਂ ਨਾ ਪਾਈਆਂ, ਤੁਹਾਡੇ ਕਾਰਡ ਕੱਟ ਦਿਆਂਗੇ ਨਰੇਗਾ ਦੇ, ਤੁਹਾਡੇ ਆਟਾ ਦਾਲ ਦੇ ਕੱਟ ਦਿਆਂਗੇ, ਉਹੀ ਸਕੀਮ ਹੁਣ ਕਾਂਗਰਸ ਨੇ ਚੱਕ ਕੇ ਡਰਾਉਣੇ ਸ਼ੁਰੂ ਕਰ ਦਿੱਤੇ ਨੇ। ਸੋ ਇਹ ਰਵਾਇਤੀ ਪਾਰਟੀਆਂ ਦੀ ਚੁੰਗਲ 'ਚੋਂ ਕੱਢਣਾ, ਇਹੀ ਤਾਂ ਸਾਡੀ ਚੁਣੌਤੀ ਹੈ। ਇੱਕ ਮੇਰਾ ਬੜਾ ਸਧਾਰਨ ਜਿਹਾ ਸਵਾਲ ਹੈ, ਸ਼ਾਇਦ ਤੁਹਾਨੂੰ ਅਕਸਰ ਹੀ ਇਹ ਕੁਐਸਚਨ ਪੁੱਛਿਆ ਜਾਂਦਾ ਹੋਊਗਾ, ਕਹਿੰਦੇ ਖਹਿਰਾ ਸਾਹਿਬ ਵਿਵਾਦ ਨਾਲ ਜੁੜਦੇ ਨੇ ਜਾਂ ਵਿਵਾਦ ਖਹਿਰਾ ਸਾਹਿਬ ਨਾਲ ਜੁੜਦੇ ਨੇ, ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਕੀਤੀ ਜਾ ਸਕਦੀ। ਅਕਾਲੀ ਦਲ ਇਲਜ਼ਾਮ ਲਗਾਉਂਦਾ ਤੁਸੀਂ ਕਾਂਗਰਸ ਦੀ ਬੀ ਟੀਮ ਹੋ ਕੇ ਪ੍ਰਚਾਰ ਕਰਦੇ ਹੋ, ਕਾਂਗਰਸ ਕਹਿੰਦੀ ਹੈ ਅਕਾਲੀ ਖਹਿਰਾ ਸਾਹਿਬ ਜਿਹੜੇ ਨੇ ਉਹ ਅਕਾਲੀ ਦਲ ਦੇ ਏਜੰਟ ਨੇ, ਆਮ ਆਦਮੀ ਪਾਰਟੀ ਕਹਿੰਦੀ ਹੈ ਇਹ ਅਕਾਲੀ ਦਲ ਅਤੇ ਕਾਂਗਰਸ ਦੀ ਮਿਲੀ ਭੁਗਤ ਦੇ ਕਾਰਨ ਸੁਖਪਾਲ ਸਿੰਘ ਖਹਿਰਾ ਨੇ ਬਠਿੰਡਾ ਤੋਂ ਚੋਣ ਲੜੀ ਹੈ, ਇਸ ਬਾਰੇ ਤੁਸੀਂ ਕੀ ਕਹੋਗੇ? ਪਹਿਲਾਂ ਮੈਂ ਬਠਿੰਡਾ ਤੋਂ ਸ਼ੁਰੂ ਕਰ ਦਿੰਦਾ ਜੀ। ਜੇ ਇਹ ਕਹਿੰਦੇ ਨੇ, ਜਿੱਦਾਂ ਇਹ ਜ਼ਿਆਦਾ ਪ੍ਰੋਪਗੈਂਡਾ ਵੈਸੇ ਆਮ ਆਦਮੀ ਪਾਰਟੀ ਨੇ ਕਿਹਾ ਸੀਗਾ ਕਿ ਜੀ ਹਰਸਿਮਰਤ ਕੌਰ ਨੂੰ ਜਿਤਾਉਣ ਗਏ ਨੇ, ਅਤੇ ਮੇਰੀ ਵੋਟ ਨਾਲ ਇਕੱਲੀ ਨਾਲ ਜਿੱਤ ਗਈ ਕਿ ਉਹਦੇ ਵਿੱਚ ਤਾਂ ਫਿਰ ਆਮ ਆਦਮੀ ਪਾਰਟੀ ਦੀ 1,32,000 ਵੋਟ ਵੀ ਸੀਗੀ, ਫਿਰ ਉਹਨਾਂ ਦਾ ਕੋਈ ਰੋਲ ਨਹੀਂ ਗਾ ਇਹਨੂੰ ਜਿਤਾਉਣ ਵਿੱਚ। ਨੰਬਰ 1। ਨੰਬਰ 2, ਜਿਹੜਾ ਇਹ ਕਹਿੰਦੇ ਨਾ ਕਿ ਸਾਰੀਆਂ ਪਾਰਟੀਆਂ ਇਲਜ਼ਾਮ ਲਾਉਂਦੀਆਂ, ਇਹ ਅਸਲ ਵਿੱਚ ਕੀ ਆ ਕਿ ਇਹ ਜਗੀਰਦਾਰ ਨੇ ਇਸ ਵਕਤ 2। ਇਹ ਸਾਰੇ ਇਲਜ਼ਾਮ ਤੁਹਾਡੇ ਤੇ ਕਿਉਂ ਲੱਗਦੇ ਨੇ? ਅੱਛੀ ਗੱਲ ਹੈ, ਡਰਦੇ ਨੇ। ਮੈਂ ਜਿਸ ਬੰਦੇ ਵਿੱਚ ਜਾਨ ਹੁੰਦੀ ਉਹ ਤੋਂ ਵਿਰੋਧੀ ਡਰਦੇ ਹੁੰਦੇ ਨੇ, ਤਾਂਹੀਓ ਮੇਰੇ 'ਤੇ ਇਲਜ਼ਾਮ ਲਾਉਂਦੇ ਨੇ। ਅਸਲ ਵਿੱਚ ਕੀ ਆ ਕਿ 2 ਇਹ ਫਿਊਡਲ ਫੈਮਲੀਜ਼ ਜਿਹੜੀਆਂ ਨੇ ਨਾ, ਇਹ ਤੀਜੀ ਕਿਸੇ ਬੰਦੇ ਨੂੰ ਉੱਠਣ ਨਹੀਂ ਦੇਣਾ ਚਾਹੁੰਦੇ ਪੰਜਾਬ 'ਚ। ਇਹਨਾਂ ਨੇ ਆਮ ਆਦਮੀ ਪਾਰਟੀ ਨੂੰ ਵੀ, ਤੁਹਾਨੂੰ ਯਾਦ ਆ ਮੋਡ ਬੌਂਬ ਬਲਾਸਟ ਹੋਇਆ ਸੀਗਾ 2017 ਦੀ ਅਸੈਂਬਲੀ 'ਚ, ਇਹਨਾਂ ਨੇ ਐਡੇ ਵੱਡੇ ਪੱਧਰ 'ਤੇ ਇਲਜ਼ਾਮ ਲਾਤੇ ਕਿ ਕਿਰਾਇਆ ਹੀ ਆਮ ਆਦਮੀ ਪਾਰਟੀ ਨੇ। ਅੱਜ ਤੱਕ 2.5 ਸਾਲ ਹੋ ਗਏ ਨੇ, ਉਹਦੀ ਜਾਂਚ ਬਾਰੇ ਕੋਈ ਕਿਸੇ ਨੂੰ ਕੋਈ ਤੁਸਕ ਵੀ ਨਹੀਂ ਲੱਗਣ ਦਿੱਤੀ। ਸੋ ਇਹ 2 ਪੋਲੀਟੀਕਲ ਫੈਮਲੀਜ਼ ਜਿਹੜੀਆਂ ਨੇ, ਇਹ ਨਹੀਂ ਚਾਹੁੰਦੀਆਂ ਕਿ ਕੋਈ ਤੀਜੀ ਧਿਰ ਉੱਠੇ। ਇਹਨਾਂ ਦੇ ਕੋਲ ਸਾਧਨ ਨੇ, ਇਹਨਾਂ ਕੋਲ ਪੈਸਾ ਵਾ, ਇਹਨਾਂ ਕੋਲ ਗਵਰਨਮੈਂਟ ਮਸ਼ੀਨਰੀ ਆ। ਤੁਸੀਂ ਸਿੱਧੂ ਦਾ ਜ਼ਿਕਰ ਕੀਤਾ ਸੀ, ਹੁਣ ਸਿੱਧੂ ਨੂੰ ਵੀ ਕੱਟਿਆ ਜਾ ਰਿਹਾ ਉਸੇ ਤਰਜ਼ ਦੇ ਉੱਤੇ, ਉਹਨਾਂ ਦਾ ਕਿਆ ਮੰਤਰਾਲੇ ਬਦਲਣ ਦੀ ਗੱਲ ਨਹੀਂ, ਇਕੱਲਾ ਮੰਤਰਾਲੇ ਨੂੰ ਉਹਨੂੰ ਹੋ ਸਕਦਾ ਕਾਂਗਰਸ 'ਚੋਂ ਕੱਢ ਦੇਣ ਅਲਟੀਮੇਟਲੀ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਜਾਂ ਬਾਦਲ ਕਿਸੇ ਅਪਕਮਿੰਗ ਜੱਟ ਲੀਡਰ ਨੂੰ ਕਦੀ ਗਰੋ ਨਹੀਂ ਹੋਣ ਦੇਣਗੇ, ਕਦੀ ਗਰੋ ਨਹੀਂ ਹੋਣ ਦੇਣਗੇ। ਔਰ ਜਿਹੜਾ ਮੇਰੇ 'ਤੇ ਇਲਜ਼ਾਮ ਲਾਉਂਦੇ ਨੇ, ਤੁਸੀਂ ਮੈਨੂੰ ਦੱਸੋ ਜੇ ਮੈਂ ਬਾਦਲਾਂ ਦਾ ਏਜੰਟ ਸੀ ਤਾਂ ਫਿਰ ਮੇਰੇ 'ਤੇ 6 ਪਰਚੇ ਕੋਈ ਦਰਜ ਕੀਤੇ ਪਿਛਲੇ 10 ਸਾਲਾਂ 'ਚ? ਮੈਂ ਕਾਂਗਰਸੀਆਂ ਨੂੰ ਪੁੱਛਣਾ ਚਾਹੁੰਦਾ, ਆ ਵੜਿੰਗ ਵਰਗਿਆਂ ਨੂੰ ਅਤੇ ਵਿੱਚੇ ਕੈਪਟਨ ਸਾਹਿਬ ਵਰਗਿਆਂ ਨੂੰ, ਜਦੋਂ ਅਕਾਲੀ ਦਲ ਦਾ ਰਾਜ ਸੀ 10 ਸਾਲ, ਕੌਣ ਲੜਿਆ ਅਸੈਂਬਲੀ ਦੇ ਵਿੱਚ ਇਹਨਾਂ ਦੇ ਨਾਲ? ਮੈਂ ਕੋਈ ਆਪਣੇ ਅਹੰਕਾਰ ਨਾ ਸਮਝੋ, ਇਕੱਲਾ ਮੈਂ ਲੜਿਆ ਇਹਨਾਂ ਦੇ ਖਿਲਾਫ, ਕੋਈ ਪੱਠਲ, ਕੋਈ ਕੈਪਟਨ। ਕੈਪਟਨ ਤਾਂ 4.5 ਸਾਲ ਆਉਂਦੇ ਸੀ ਸਿਰਫ ਇਲੈਕਸ਼ਨ ਲੜਨ ਲਈ, 2007 ਦੀ ਇਲੈਕਸ਼ਨ ਹਾਰੇ, ਮੁੜ ਕੇ ਫਿਰ ਭੱਜ ਗਏ ਇੱਥੋਂ। ਔਰ ਇਹਨਾਂ ਦਾ ਅਟੈਂਡੈਂਸ ਕਢਾ ਲਓ ਤੁਸੀਂ ਪੰਜਾਬ ਦੀ ਵਿਧਾਨ ਸਭਾ 'ਚ, ਅਮਰਿੰਦਰ ਸਿੰਘ ਦਾ ਸਾਰੇ ਸਾਲ ਵਿੱਚ 1-1, 2-2 ਦਿਨ ਹਾਜ਼ਰੀ ਹੁੰਦੀ ਸੀ ਸਿਰਫ, 5 ਸਾਲਾਂ ਵਿੱਚ 3-4 ਵਾਰੀ ਪੰਜਾਬ ਦੀ ਵਿਧਾਨ ਸਭਾ 'ਚ ਆਏ। ਉਦੋਂ ਤਾਂ ਅਸੀਂ ਲੜਦੇ ਮਰ ਕੇ ਰਹਿ ਗਏ, ਇਹ ਸਭ ਪੁੱਛਾਂ ਅੰਦਰ ਲੈ ਕੇ ਅਤੇ ਭੱਜ ਗਏ ਇੱਥੋਂ। ਪਰਚੇ ਮੇਰੇ 'ਤੇ ਦਰਜ ਹੋਏ 6, ਜੇ ਮੈਂ ਬਾਦਲਾਂ ਦਾ ਏਜੰਟ ਸੀ ਤਾਂ ਮੇਰੇ 'ਤੇ 6 ਪਰਚੇ ਕਿਉਂ ਦਰਜ? ਹੁਣ ਜਿਹੜੇ ਕਾਂਗਰਸ ਦਾ ਏਜੰਟ ਕਹਿੰਦੇ ਆ, ਕਾਂਗਰਸ ਨੂੰ ਜਦੋਂ ਮੈਂ ਲੀਡਰ ਆਫ ਓਪੋਜੀਸ਼ਨ ਬਣਿਆ ਅਤੇ ਰਾਣੇ ਗੁਰਜੀਤ ਦੇ ਖਿਲਾਫ ਕੌਣ ਲੜਿਆ?
ਤਾਂ ਤੁਹਾਡਾ ਖਿਆਲ ਹੈ ਮੈਂ ਇਹਨਾਂ ਦੋਨਾਂ ਪਾਰਟੀਆਂ ਦਾ ਏਜੰਟ, ਮੈਂ ਏਜੰਟ ਤਾਂ ਹੈਗਾ, ਜਾਂ ਤਾਂ ਮੈਂ ਪੰਜਾਬ ਦੇ ਲੋਕਾਂ ਦਾ ਏਜੰਟ ਹੈ ਜਾਂ ਉਸ ਪਰਮਾਤਮਾ ਵਾਹਿਗੁਰੂ ਦਾ ਏਜੰਟ ਹੈ। ਸਭ ਬਕਵਾਸ ਕਰਦੇ ਨੇ, ਝੂਠੇ ਨੇ। ਸੱਚ ਅਲਟੀਮੇਟਲੀ ਸੱਚ ਰਹੂਗਾ, ਕਿਸੇ ਦਿਨ ਨੂੰ ਸੱਚ ਸਾਹਮਣੇ, ਸਾਰੀ ਜਨਤਾ ਦੇ ਸਾਹਮਣੇ ਆ ਜਾਊਗਾ। ਰਾਜਾ ਵੜਿੰਗ ਨੇ ਵੀ ਕਿਹਾ ਵੀ ਸੁਖਪਾਲ ਸਿੰਘ ਖਹਿਰਾ ਜਿਹੜੇ ਨੇ ਆਪਣੀ ਭਰਜਾਈ ਨੂੰ ਤਾਂ ਜਿਤਾ ਨਹੀਂ ਸਕੇ ਅਤੇ ਇਹ ਬਠਿੰਡਾ ਦੇ ਵਿੱਚ ਹਰਸਿਮਰਤ ਕੌਰ ਬਾਦਲ ਤੋਂ, ਅਕਾਲੀ ਦਲ ਤੋਂ ਪੈਸੇ ਲੈ ਕੇ ਕਾਂਗਰਸ ਦੀ ਵੋਟ ਬੈਂਕ ਤੋੜਨ ਦਾ ਕੰਮ ਕੀਤਾ, ਜਿਹਦੇ ਕਰਕੇ ਮੈਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਬੇਬੁਨਿਆਦ ਗੱਲਾਂ ਕਰਦਾ, ਕਮਜ਼ੋਰੀਆਂ ਆਪਣੀਆਂ ਨੇ। ਜੇ ਮੈਂ ਆਪਣੇ ਕਿਸੇ ਰਿਸ਼ਤੇਦਾਰ ਨੂੰ ਨਹੀਂ ਜਿਤਾ ਸਕਿਆ ਤਾਂ ਇਹਨੂੰ ਪੁੱਛੋ, ਤੇਰਾ ਜਿਹੜਾ ਮਾਈ ਬਾਪ ਹੈ ਰਾਹੁਲ ਗਾਂਧੀ, ਉਹ ਜਿੱਤ ਗਿਆ ਵਾ ਉੱਥੋਂ ਅਮੇਠੀ ਤੋਂ, ਉਹ ਵੀ ਤਾਂ ਹਾਰਿਆ ਨਾ। ਹਾਰ ਜਿੱਤ ਇੱਕ ਪਾਰਟ ਆਫ ਲਾਈਫ। ਆਹ ਰਾਜੇ ਵੜਿੰਗ ਨੂੰ ਕਹਿ ਕੇ ਕਾਂਗਰਸ ਦਾ ਪਲੇਟਫਾਰਮ ਛੱਡ ਦੇ ਇੱਕ ਮਿੰਟ, ਅਤੇ ਆਣ ਕੇ ਮੈਦਾਨੇ ਜੰਗ ਵਿੱਚ ਲੜ ਕੇ ਦੇਖ, ਤੈਨੂੰ ਪਤਾ ਲੱਗੂਗਾ ਕਿੱਦਾਂ ਲੜਾਈ ਲੜੀ ਦੀ ਆ ਔਰ ਕਿਹੜੇ ਮੁੱਦੇ ਉਠਾਏ ਇਸ ਨੇ। ਜਿਹੜਾ ਆਦਮੀ ਇੰਦਰਾ ਗਾਂਧੀ ਦੀ ਇੱਥੇ ਫੋਟੋ ਟੀ ਸ਼ਰਟ ਪਾ ਕੇ ਕਹਿੰਦਾ ਮੇਰੀ ਮਾਂ ਵਾ, ਜਿਸ ਕਾਂਗਰਸ ਨੇ ਸਿੱਖਾਂ ਦਾ ਹਜ਼ਾਰਾਂ ਦਾ ਕਤਲੇਆਮ ਕੀਤਾ, ਅਤੇ ਇੱਥੇ ਪਿੰਡਾਂ ਦੇ ਵਿੱਚ ਜਾ ਕੇ ਹੁਣ ਬੇਅਦਬੀ ਦੀ ਗੱਲ ਕਰਦੇ ਸੀ, ਜਦੋਂ ਅਸੀਂ ਬੇਅਦਬੀ ਦੀ ਲੜਾਈ ਲੜੀ, ਇਹਨਾਂ ਨੇ ਸਾਡੇ ਮੁਕਾਬਲੇ 'ਤੇ ਪੈਰਲਲ ਰੈਲੀ ਰੱਖੀ ਸੀ ਕਾਂਗਰਸ ਨੇ ਵਿੱਚ, ਰਾਜਾ ਵੜਿੰਗ ਅਤੇ ਕੈਪਟਨ ਨੇ 7 ਤਰੀਕ ਨੂੰ ਲੰਬੀ ਵਿੱਚ, ਜਦੋਂ ਅਸੀਂ ਰੋਸ ਮਾਰਚ ਰੱਖਿਆ ਸੀ ਕੋਟਕਪੂਰੇ ਤੋਂ ਬਰਗਾੜੀ। ਇਹ ਲੋਕ ਜਿਹੜੇ ਨੇ ਅਸਲ ਵਿੱਚ ਇਹ ਖੁਸ਼ਾਮਦੀ ਟੋਲਾ, ਇਹਨੂੰ ਪੌੜੀ ਚੜ੍ਹਨੀ ਆਉਂਦੀ ਖੁਸ਼ਾਮਦ ਕਰਕੇ, ਇਹਨੂੰ ਜਿਸ ਨੇ ਇਹਦੀ ਮਦਦ ਕੀਤੀ ਰਾਜੇ ਵੜਿੰਗ ਦੀ, ਜਗਮੀਤ ਬਰਾੜ ਦੀ ਉਂਗਲ ਫੜ ਕੇ ਚੜ੍ਹੇ ਸੀ, ਸਭ ਤੋਂ ਪਹਿਲਾਂ ਉਹਦੀ ਪਿੱਠ ਵਿੱਚ ਛੁਰਾ ਇਹਨੇ ਮਾਰਿਆ। ਇਹ ਜਿਹੜੀ ਥਾਲੀ ਵਿੱਚ ਖਾਂਦਾ ਉਹਦੇ ਛੇਦ ਕਰਦਾ, ਮਾਲਵੇ ਦੇ ਲੋਕ ਅੱਛੀ ਤਰ੍ਹਾਂ ਇਹਨੂੰ ਜਾਣਦੇ ਨੇ। ਸੁਖਪਾਲ ਸਿੰਘ ਖਹਿਰਾ ਜੀ, ਹੁਣ ਜੇ ਆਪਾਂ ਪੰਜਾਬ ਦੀ ਰਾਜਨੀਤੀ ਦੀ ਗੱਲ ਕਰ ਲਈਏ, ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦਾ ਵਿਵਾਦ ਜਿਹੜਾ ਅਕਸਰ ਹੀ ਸੁਰਖੀਆਂ ਬਟੋਰ ਰਿਹਾ, ਕਿ ਨਵਜੋਤ ਸਿੰਘ ਸਿੱਧੂ ਲਗਾਤਾਰ ਟਵੀਟ ਕਰਕੇ ਕਿਤੇ ਨਾ ਕਿਤੇ ਇਨਡਾਇਰੈਕਟ ਵੇ ਨਾਲ ਕੈਪਟਨ ਅਮਰਿੰਦਰ ਸਿੰਘ 'ਤੇ ਨਿਸ਼ਾਨਾ ਸਾਧ ਰਹੇ ਨੇ। ਤੁਸੀਂ ਉਹਨਾਂ ਨੂੰ ਪ੍ਰਸਤਾਵ ਦਿੱਤਾ ਸੀ ਕਿ ਤੁਸੀਂ ਸਾਡੇ ਨਾਲ ਸ਼ਾਮਿਲ ਹੋਵੋ ਜਾਂ ਕਾਂਗਰਸ ਛੱਡ ਦੇਵੋ, ਇਸ ਬਾਰੇ ਤੁਹਾਡੇ ਨਾਲ ਨਵਜੋਤ ਸਿੰਘ ਸਿੱਧੂ ਦਾ ਕੋਈ ਰਾਬਤਾ ਕਾਇਮ ਹੋ ਸਕੇ? ਨਹੀਂ, ਕੋਈ ਰਾਬਤਾ ਇੱਦਾਂ ਨਹੀਂ ਕਾਇਮ ਹੋਇਆ, ਔਰ ਮੈਂ ਕੋਈ ਇੱਦਾਂ ਦਾ ਔਫਰ ਕੋਈ ਉਹਨਾਂ ਨੂੰ ਉਕਸਾਉਣ ਵਾਸਤੇ ਨਹੀਂ ਦਿੱਤਾ। ਮੈਂ ਦੇਖ ਰਿਹਾ ਕਿ ਨਵਜੋਤ ਸਿੱਧੂ ਕੋਰਨਰ ਹੋ ਰਿਹਾ ਵਾ। ਨਵਜੋਤ ਸਿੰਘ ਨੇ ਇੱਕ ਸਿੱਧੂ ਨੇ ਸੱਚ ਬਿਆਨ ਕੀਤਾ ਸੀਗਾ ਬਠਿੰਡੇ ਜਾ ਕੇ ਕਿ ਬਾਦਲ ਅਤੇ ਕੈਪਟਨ ਮਿਲੀ ਭੁਗਤ ਨਾਲ ਰਾਜਨੀਤੀ ਕਰ ਰਹੇ। ਉਹ ਤਾਂ ਸਾਰੇ ਸਬੂਤ ਸਾਹਮਣੇ ਆ ਰਹੇ ਨੇ। ਤੁਸੀਂ ਦੇਖੋ ਨਾ, SIT ਜਿਹੜੀ ਆਪਾਂ ਗੱਲ ਸ਼ੁਰੂ 'ਚ ਕੀਤੀ ਸੀ, ਤੁਸੀਂ ਦੇਖੋ ਕਿ SIT ਦਾ ਮੇਨ ਮੁਖੀਆ ਕਹਿ ਰਿਹਾ ਵਾ ਕਿ ਬਾਦਲ ਜ਼ਿੰਮੇਵਾਰ ਆ ਬੇਅਦਬੀਆਂ ਦਾ, ਅਤੇ ਕੈਪਟਨ ਅਮਰਿੰਦਰ ਸਿੰਘ ਉਹਦੇ ਵਿੱਚੋਂ 4 ਪੁਲਿਸ ਵਾਲਿਆਂ ਨੂੰ ਕਹਿੰਦਾ ਬਗਾਵਤ ਕਰ ਦਿਓ ਉਹਨਾਂ ਦੇ ਖਿਲਾਫ਼। ਅਮਰਿੰਦਰ ਸਿੰਘ ਨੇ ਅੱਜ ਤੱਕ ਸੁਖਬੀਰ ਬਾਦਲ ਦੀ ਕਰਪਸ਼ਨ ਦਾ ਇੱਕ ਮਾਮਲਾ ਇਨਵੈਸਟੀਗੇਟ ਨਹੀਂ ਕੀਤਾ। ਬਿਕਰਮ ਮਜੀਠੀਆ ਦੇ ਖਿਲਾਫ਼ ਐਡੇ ਵੱਡੇ ਪੱਧਰ 'ਤੇ ਇੰਟਰਨੈਸ਼ਨਲ ਡਰੱਗ ਮਾਫੀਆ ਨਾਲ ਤਾਲੁਕਾਤ ਸੀਗੇ, ਉਹਦਾ ਇੱਕ ਇਨਵੈਸਟੀਗੇਸ਼ਨ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਸੋ ਨਵਜੋਤ ਸਿੱਧੂ ਨੂੰ ਆਈਸੋਲੇਟ ਕੀਤਾ ਜਾ ਰਿਹਾ ਵਾ। ਅਗਰ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਕੱਢਦੀ ਆ ਜਾਂ ਉਹਦੀ ਕੋਈ ਤੋਹੀਨ ਕਰਦੀ ਆ, ਅਸੀਂ ਪੰਜਾਬ ਦੇ ਜਿਹੜੇ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਵਾਲੇ ਲੀਡਰਸ ਆ, ਅਸੀਂ ਉਹਨਾਂ ਦਾ ਮਾਣ ਸਤਿਕਾਰ ਕਰਾਂਗੇ। ਉਹਨਾਂ ਨੂੰ ਅਸੀਂ ਆਪਣੇ ਨਾਲ ਲੈ ਕੇ ਔਰ ਪੰਜਾਬ ਦੀ ਲੜਾਈ ਵਿੱਚ ਸਗੋਂ ਅੱਗੇ ਤੇਜ਼ੀ ਨਾਲ ਵਧਾਂਗੇ। ਮੇਰਾ ਅਖੀਰਲਾ ਸਵਾਲ, 2022 ਦੇ ਵਿੱਚ ਤੁਹਾਡੀ ਅਗਲੀ ਰਣਨੀਤੀ ਕੀ ਹੋਏਗੀ? ਦੇਖੋ, ਅਸੀਂ ਮੈਂ ਕਿਹਾ ਨਾ ਕਿ ਅਸੀਂ 3 ਲਾਈਕ ਮਾਈਂਡਡ ਪਾਰਟੀਜ਼ ਪਹਿਲਾਂ ਇਕੱਠੀਆਂ ਹੋਵਾਂਗੇ, ਅਸੀਂ ਫਿਰ ਉਸ ਤੋਂ ਬਾਅਦ ਭਗਵੰਤ ਮਾਨ ਹੋਣਾ ਨਾਲ ਵੀ ਗੱਲ ਕਰ ਲਾਂਗੇ, ਉਸ ਦੇ ਨਾਲ ਨਾਲ ਟਕਸਾਲੀਆਂ ਨਾਲ ਵੀ ਗੱਲ ਕਰਾਂਗੇ, ਸੁੱਚਾ ਸਿੰਘ ਛੋਟੇਪੁਰ ਨਾਲ ਵੀ ਗੱਲ ਕਰਾਂਗੇ, ਫੁਲਕਾ ਸਾਹਿਬ ਨਾਲ ਵੀ ਗੱਲ ਕਰਾਂਗੇ। ਸਾਰਿਆਂ ਨੂੰ ਇੱਕ ਪਲੇਟਫਾਰਮ, ਇੱਕ ਨਿਸ਼ਾਨ, ਇੱਕ ਵਿਧਾਨ, ਇੱਕ ਪ੍ਰਧਾਨ। ਆਈਡੀਅਲੀ ਅਗਰ ਆਮ ਆਦਮੀ ਪਾਰਟੀ ਵਾਲੇ ਪੰਜਾਬ ਵਾਲੇ ਗੱਲ ਸਮਝ ਜਾਣ ਤਾਂ ਪੰਜਾਬ ਦਾ ਝੰਡਾ ਖੜਾ ਕਰਾਂਗੇ, ਅਵਸ਼ ਜਿੱਤਾਂਗੇ ਪੰਜਾਬ ਦੇ ਵਿੱਚ ਇਲੈਕਸ਼ਨ। ਹਾਂ, ਕਿਸੇ ਨੈਸ਼ਨਲ ਪਾਰਟੀ ਨਾਲ ਅਲਾਇੰਸ ਕਰਨ ਵਿੱਚ ਕੋਈ ਹਰਜ ਨਹੀਂਗਾ, ਚਾਹੇ ਉਹ BSP ਨਾਲ ਕਰ ਲਓ ਜਾਂ ਕਿਸੇ ਹੋਰ ਪਾਰਟੀ ਨਾਲ ਕਰ ਲਿਆ, ਦੇਰ ਇਜ਼ ਨੋ ਹਾਰਮ। ਆਉਣ ਵਾਲੇ ਸਮੇਂ 'ਚ ਸਾਡੀ ਔਰ ਅੱਛਾ ਕੌਂਸਟੀਟਿਊਸ਼ਨ ਬਣਾਵਾਂਗੇ ਔਰ ਇਹ ਕੁਛ ਅੱਛੀਆਂ ਗੱਲਾਂ ਨਵੀਆਂ ਕਰਾਂਗੇ, ਜਿੱਦਾਂ 2 ਵਾਰੀ ਤੋਂ ਜ਼ਿਆਦਾ ਚੀਫ ਮਿਨਿਸਟਰ ਨੂੰ ਟਰਮਸ ਨਹੀਂ ਮਿਲਣੀਆਂ ਚਾਹੀਦੀਆਂ। 5 ਵਾਰ ਬਾਦਲ ਚੀਫ ਮਿਨਿਸਟਰ ਬਣ ਗਿਆ ਤਾਂ ਕੀ ਕਮਾਇਆ ਵਾ, ਸਵਾਏ ਭ੍ਰਿਸ਼ਟਾਚਾਰ ਕਰਨ ਤੋਂ, ਸਵਾਏ ਲੁੱਟ ਖਸੁੱਟ ਤੋਂ ਕੀ ਕੀਤਾ ਵਾ? ਜਿਸ ਆਦਮੀ ਨੇ ਕੋਈ ਆਪਣੇ ਜੌਹਰ ਦਿਖਾਉਣੇ ਨੇ, ਆਪਣੀ ਕਾਬਲੀਅਤ, ਉਹ ਤਾਂ 10 ਸਾਲਾਂ ਵਿੱਚ ਬਹੁਤ ਅੱਛੇ ਤਰੀਕੇ ਨਾਲ ਆਪਣੀ ਸਟੇਟ ਦੀ ਸੇਵਾ ਕਰ ਸਕਦਾ। ਅਮੈਰੀਕਾ, ਆਈ ਥਿੰਕ ਕੈਨੇਡਾ ਆਲਸੋ ਜਸਟ ਹੈਵ 2 ਟਰਮਸ, ਸੋ ਦੇਅਰਫੋਰ ਮੈਨੂੰ ਲੱਗਦਾ 2 ਟਰਮਸ ਵਰਗੀਆਂ ਨਵੇਕਲੀਆਂ ਅੱਛੀਆਂ ਗੱਲਾਂ, ਚੰਗੇ ਪ੍ਰਿੰਸੀਪਲਸ ਲੈ ਕੇ ਆਵਾਂਗੇ। ਜੇ ਬਾਈ ਚਾਂਸ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਵਿੱਚੋਂ ਅਸਤੀਫਾ ਦੇ ਦਿੰਦੇ ਨੇ ਜਾਂ ਉਹਨਾਂ ਨੂੰ ਕਾਂਗਰਸ ਦੇ ਵਿੱਚੋਂ ਕੱਢ ਦਿੱਤਾ ਜਾਂਦਾ ਹੈ ਅਤੇ ਉਹ ਤੁਹਾਡੇ ਨਾਲ ਰਾਬਤਾ ਕਾਇਮ ਕਰਦੇ ਨੇ, PDA ਦੇ ਵਿੱਚ ਸ਼ਮੂਲੀਅਤ ਕਰਦੇ ਨੇ, ਤਾਂ ਕੀ ਉਹਨਾਂ ਨੂੰ CM ਕੈਂਡੀਡੇਟ ਦਾ ਅਹੁਦਾ ਦਿੱਤਾ ਜਾਵੇਗਾ? ਮੈਂ ਇਕੱਲਾ ਨਹੀਂ ਨਾ ਫੈਸਲਾ ਕਰ ਸਕਦਾ, ਅਸੀਂ ਇਹ ਸਾਰੀਆਂ ਗੱਲਾਂ ਆਪਣੇ ਗੱਠਜੋੜ ਵਿੱਚ ਅਲਾਇੰਸ ਪਾਰਟਨਰ ਨਾਲ ਗੱਲ ਕਰਾਂਗੇ। ਪਰ ਇਹ ਜ਼ਰੂਰ ਹੈ ਕਿ ਅਸੀਂ ਅਗਰ ਕਾਂਗਰਸ ਉਹਨਾਂ ਨੂੰ ਕੋਈ ਬੇਇੱਜ਼ਤ ਕਰਦੀ ਹੈ, ਅਸੀਂ ਉਹਨਾਂ ਦਾ ਮਾਣ ਸਤਿਕਾਰ ਕਰਾਂਗੇ। ਜੀ ਜੀ, ਯਾਨੀ 2022 ਦੇ ਵਿੱਚ ਜਿਹੜੀ PDA ਹੈ ਉਹ ਵੱਡੇ ਪੱਧਰ 'ਤੇ ਉੱਭਰ ਕੇ ਲੋਕਾਂ ਦੇ ਸਾਹਮਣੇ ਆਏਗੀ ਅਤੇ ਰਵਾਇਤੀ ਪਾਰਟੀਆਂ ਨੂੰ ਟੱਕਰ ਦੇਵੇਗੀ? ਕੋਸ਼ਿਸ਼ ਤਾਂ ਇਹੀ ਕਰਾਂਗੇ ਨਾ, ਬਿਕੋਜ਼ ਰਵਾਇਤੀ ਪਾਰਟੀਆਂ ਤਾਂ ਲੋਕਾਂ ਨੇ ਦੇਖ ਲਈਆਂ 72 ਸਾਲਾਂ ਦੀ ਆਜ਼ਾਦੀ ਤੋਂ ਬਾਅਦ, ਜਿਹੜੀਆਂ ਪਾਰਟੀਆਂ ਪੀਣ ਵਾਲਾ ਪਾਣੀ ਨਹੀਂ ਦੇ ਸਕੀਆਂ, ਜਿਹੜੀਆਂ ਚੰਗੀ ਵਿੱਦਿਆ ਨਹੀਂ ਦੇ ਸਕੀਆਂ, ਚੰਗਾ ਇਲਾਜ ਨਹੀਂ ਦੇ ਸਕੀਆਂ, ਇੱਥੋਂ ਤੱਕ ਕਿ ਅਵਾਰਾ ਪਸ਼ੂ ਨਹੀਂ ਸਾਂਭ ਸਕੀਆਂ ਸੜਕਾਂ ਤੋਂ, ਉਹਨਾਂ ਤੋਂ ਲੋਕ ਕੀ ਉਮੀਦ ਰੱਖ ਸਕਦੇ ਨੇ? ਇਹ ਤਾਂ ਲੋਕ ਬੇਸਿਕਲੀ ਬੱਝੇ ਹੋਏ ਨੇ
ਸੋ ਖੈਰਾ ਸਾਹਿਬ, ਬੀਤੇ ਥੋੜ੍ਹੇ ਦਿਨ ਪਹਿਲਾਂ ਤੁਸੀਂ ਜਲੰਧਰ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ, ਤੁਸੀਂ ਕਿਹਾ ਜਿਹੜਾ ਫਰੀਦਕੋਟ ਦੇ ਵਿੱਚ ਜਸਪਾਲ ਨਾਮ ਦੇ ਲੜਕੇ ਦੀ ਲਾਸ਼ ਨਹੀਂ ਮਿਲ ਰਹੀ ਹੈਗੀ, ਪੁਲਿਸ ਦੇ ਵੱਲੋਂ ਖੁਰਦ ਬੁਰਦ ਕਰ ਦਿੱਤੀ ਗਈ ਹੈ, ਅਤੇ ਉਹ ਬਾਦਲ ਦੇ ਪਿੰਡ ਦਾ ਰਹਿਣ ਵਾਲਾ ਹੈ, ਪਰੰਤੂ ਅਕਾਲੀਆਂ ਦੇ ਵੱਲੋਂ ਕਿਸੇ ਦਾ ਵੀ ਜਾ ਕੇ ਉਹਦੇ ਨਾਲ ਹਾਲ ਚਾਲ ਨਹੀਂ ਪੁੱਛਿਆ ਗਿਆ, ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਨਹੀਂ ਕੀਤੀ ਗਈ। ਤੁਹਾਡੀ ਪ੍ਰੈਸ ਕਾਨਫਰੰਸ ਦੁਪਹਿਰ ਨੂੰ ਹੁੰਦੀ ਹੈ, ਥੋੜ੍ਹੀ ਦੇਰ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉੱਥੇ ਧਰਨੇ ਦੇ ਵਿੱਚ ਜਾਂਦੇ ਨੇ, ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਨੇ, ਉਸ ਤੋਂ ਬਾਅਦ ਫਿਰ ਇੱਕ ਲੀਡਰ ਆਗੂ ਅਕਾਲੀ ਦਲ ਦਾ ਉਹਨਾਂ ਨਾਲ ਜਾ ਕੇ ਮਿਲਦਾ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਇਹ ਮੈਂ ਹੀ ਕਹਿਣਾ, ਇਹ ਮੁੱਦਾ ਬਹੁਤ ਜ਼ਿਆਦਾ ਚਰਚਾ ਦੇ ਵਿੱਚ। ਦੇਖੋ, ਫਰੀਦਕੋਟ ਦਾ ਇੱਕ ਐਡਾ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੋਈ ਆ ਕਿ ਕਸਟੋਡੀਅਲ ਡੈਥ ਹੋਈ ਆ, ਅਤੇ ਲਾਸ਼ ਅੱਜ ਤੱਕ ਉਹਨਾਂ ਨੂੰ ਦਿੱਤੀ ਨਹੀਂ। ਕੈਪਟਨ ਅਮਰਿੰਦਰ ਸਿੰਘ ਇੱਕ ਸ਼ਬਦ ਨਹੀਂ ਉਹਦੇ 'ਤੇ ਬੋਲੇ, ਪੰਜਾਬ ਦਾ DGP ਇੱਕ ਸ਼ਬਦ ਨਹੀਂ ਬੋਲਿਆ। ਇਹਦਾ ਮਤਲਬ ਜਿਹੜੇ ਮਰਜ਼ੀ ਮੁੰਡਿਆਂ ਨੂੰ ਚੱਕ ਲਿਆ ਕਰਨਗੇ, ਮਾਰ ਦਿਆ ਕਰਨਗੇ, ਤਾਂ ਮੁੜ ਕੇ ਲਾਸ਼ ਵੀ ਨਹੀਂ ਦੇਣਗੇ। ਤਾਂ ਕਰਕੇ ਮੈਂ ਕੰਡੈਮ ਕੀਤਾ ਸੀ, ਔਰ ਮੈਂ ਅਕਾਲੀ ਦਲ ਨੂੰ ਇਸ ਕਰਕੇ ਕੰਡੈਮ ਕਰ ਰਿਹਾ ਸੀਗਾ ਕਿ ਮੁੰਡਾ ਰਹਿਣ ਵਾਲਾ ਲੰਬੀ ਦਾ ਸੀ, ਪਿੱਛੋਂ ਪੰਜਾਬਾ ਪਿੰਡ ਹੈ ਸ਼ਾਇਦ, ਇਹ ਉਸ ਪਿੰਡ ਦਾ ਰਹਿਣ ਵਾਲਾ। ਅਤੇ ਸੁਖਬੀਰ ਬਾਦਲ ਮੇਰੇ ਖਿਆਲ 10ਵੇਂ 12ਵੇਂ ਦਿਨ ਗਿਆ ਉਸ ਧਰਨੇ ਵਿੱਚ, ਪਹਿਲਾਂ ਕਿਉਂ ਨਹੀਂ ਗਿਆ? ਇਹ ਮੇਰਾ ਉਹਦੇ 'ਤੇ ਸੀਗਾ ਸਵਾਲ। ਇਹ ਸਨ ਸਾਡੇ ਨਾਲ ਪੰਜਾਬ ਏਕਤਾ ਪਾਰਟੀ ਤੋਂ ਸੁਖਪਾਲ ਸਿੰਘ ਖਹਿਰਾ, ਜਿਨ੍ਹਾਂ ਨੇ ਬਠਿੰਡਾ ਤੋਂ ਬੜਾ ਜ਼ਬਰਦਸਤ ਟੱਕਰ ਅਕਾਲੀ ਦਲ ਅਤੇ ਕਾਂਗਰਸ ਨੂੰ ਦਿੱਤੀ ਸੀ। ਹੁਣ ਵੇਖਣਾ ਇਹ ਹੋਵੇਗਾ ਕਿ 2022 ਦੇ ਵਿੱਚ ਸੁਖਪਾਲ ਸਿੰਘ ਖਹਿਰਾ, ਸਿਮਰਜੀਤ ਸਿੰਘ ਬੈਂਸ, ਡਾਕਟਰ ਧਰਮਵੀਰ ਗਾਂਧੀ ਅਤੇ ਜੇਕਰ ਇਹਨਾਂ ਦਾ ਗੱਠਜੋੜ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਜਾਂ ਆਮ ਆਦਮੀ ਪਾਰਟੀ ਨਾਲ ਹੁੰਦਾ ਹੈ, ਤਾਂ ਕੀ ਇਹ ਜਿਹੜਾ ਗੱਠਜੋੜ ਹੈ ਰਵਾਇਤੀ ਪਾਰਟੀਆਂ ਅਕਾਲੀ ਦਲ ਅਤੇ ਕਾਂਗਰਸ ਨੂੰ ਟੱਕਰ ਦੇਵੇਗਾ, ਜਾਂ ਕਿਸ ਹੱਦ ਤੱਕ ਟੱਕਰ ਦੇਵੇਗਾ? ਕੀ 2022 ਦੇ ਵਿੱਚ PDA ਜਿਹੜੀ ਹੈ ਆਪਣੀਆਂ ਜੜ੍ਹਾਂ ਪੰਜਾਬ ਦੇ ਵਿੱਚ ਲਗਾਉਣ ਦੇ ਵਿੱਚ ਕਾਮਯਾਬ ਹੋਵੇਗੀ ਜਾਂ ਨਹੀਂ? ਫਿਲਹਾਲ ਸਾਡੇ ਨਾਲ ਸੀ ਸੁਖਪਾਲ ਸਿੰਘ ਖਹਿਰਾ, ਇੱਕ ਨਵੀਂ ਉੱਗੀ ਸ਼ਖਸੀਅਤ ਅਤੇ ਇੱਕ ਨਵੇਂ ਰਾਜਨੀਤਿਕ ਆਗੂ ਨਾਲ ਤੁਹਾਨੂੰ ਅਸੀਂ ਮੁਖਾਤਿਬ ਕਰਵਾਉਂਦੇ ਰਹਾਂਗੇ। ਕੈਮਰਾਮੈਨ ਕਮਲ ਦੇ ਨਾਲ ਨਵਦੀਪ ਕੌਰ। You are watching Channel Y, a South Asian Canadian channel.